ਪਹਿਲਾਂ ਮੈਂ ਜੀ ਸਿਗਰਟ ਬੀੜੀ ਪੀਣ ਨਾਲ ਲੱਗ ਗਿਆ ਸੀਗਾ ਜੀ। ਫਿਰ ਉਸ ਤੋਂ ਬਾਅਦ ਜੀ ਹੌਲੀ ਹੌਲੀ ਸਿਗਰਟ ਬੀੜੀ ਤੋਂ ਦਾਰੂ 'ਤੇ ਆਇਆ ਜੀ। ਸਮੈਕ ਤੋਂ ਬਾਅਦ ਜੀ ਫਿਰ ਚਿੱਟਾ ਪੀਣ ਲੱਗ ਗਿਆ ਜੀ। ਸਟਾਰਟਿੰਗ ਦੇ ਵਿੱਚ ਤੁਸੀਂ ਦੱਸਿਆ ਕਿ ਮੈਂ ਸਿਗਰਟ ਤੋਂ ਦਾਰੂ ਤੋਂ ਸ਼ੁਰੂ ਹੋਇਆ ਸੀਗਾ, ਚਿੱਟੇ ਤੱਕ ਦਾ ਸਫ਼ਰ ਕਿਵੇਂ ਰਿਹਾ? ਫਿਰ ਕਿਸ ਤਰ੍ਹਾਂ ਮਤਲਬ ਚਿੱਟਾ ਜਿਹੜਾ ਤੁਹਾਨੂੰ ਮਿਲਣਾ ਸ਼ੁਰੂ ਹੋਇਆ ਕਿਵੇਂ? ਕਿਸੇ ਦੇ ਘਰ ਬੈਠਾ ਸੀਗਾ ਜੀ, ਉਹ ਸੁਲਫਾ ਪੀ ਰਹੇ ਸੀਗੇ ਜੀ, ਐਵੇਂ ਬੈਠਾ ਸੀ। ਉੱਥੇ ਦੋ ਮੁੰਡੇ ਆਏ ਜੀ, ਸਮੈਕ ਲੈ ਕੇ ਆਏ ਵੀ ਆਪਾਂ ਪੀਂਦੇ ਹਾਂ ਜੀ, ਵੀ ਦੇਖਦੇ ਹਾਂ ਤੁਸੀਂ ਟੇਸਟ ਕਰੋ ਜੀ। ਅਤੇ ਉਸ ਟਾਈਮ ਮੇਰੇ ਚੈਨ ਕੜਾ ਜੀ ਸਭ ਕੁਛ ਸੀਗਾ ਜੀ। ਇੱਕ ਕੋਲ ਪਿੰਡ ਹੈ ਜੀ ਮੁਰਾਦਪੁਰਾ ਜੀ, ਅਤੇ ਉੱਥੇ ਸਾਰਾ ਪਿੰਡ ਜੀ ਹੀ ਸਮਾਨ ਵੇਚਦਾ ਜੀ। ਆਸਾਨੀ ਨਾਲ ਮਿਲਦਾ ਹਾਲੇ ਵੀ? ਆਸਾਨੀ ਬਿਲਕੁਲ। ਤਾਂ ਜਿਸ ਤਰ੍ਹਾਂ ਬਾਈ ਜੀ ਇਹਨਾਂ ਨੇ ਦੱਸਿਆ, ਤੁਹਾਡੇ ਵੀ ਉੱਧਰਲੇ ਏਰੀਏ ਦੇ ਵਿੱਚ ਨਸ਼ਾ ਜਿਹੜਾ ਫੁੱਲ ਇੱਦਾਂ ਹੀ ਮਿਲਦਾ ਸੀਗਾ? ਘਰ ਘਰ ਦੇ ਵਿੱਚ ਨਸ਼ਾ, ਜਿੱਥੋਂ ਮਰਜ਼ੀ ਜਿਸ ਗਲੀ ਦੇ ਵਿੱਚੋਂ ਮਰਜ਼ੀ ਨਿਕਲ ਜਾਓ, ਆਵਾਜ਼ਾਂ ਮਾਰ ਮਾਰ ਕੇ ਨਸ਼ਾ ਵੇਚ ਰਹੇ। ਸਰਕਾਰ ਤਾਂ ਬਹੁਤ ਤਰ੍ਹਾਂ ਦੇ ਦਾਅਵੇ ਕਰਦੀ ਹੈਗੀ ਕਿ ਨਸ਼ਾ ਜਿਹੜਾ ਹੈਗਾ ਉਹ ਖਤਮ ਹੋ ਚੁੱਕਿਆ। ਸਰ ਸਰਕਾਰ ਦੇ ਕਹਿਣ ਨਾਲ ਹੀ ਹੋ ਜਾਣਾ। ਤੁਸੀਂ ਸੈਂਟਰ ਦੇ ਵਿੱਚ ਪਹੁੰਚੇ ਹੋ, ਪਿੱਛੇ ਪਰਿਵਾਰ ਦੇਖਦੇ ਹੋ, ਲੱਗਦਾ ਹੁਣ ਨਸ਼ਾ ਛੱਡ ਦੋਗੇ, ਉਹਨੂੰ ਕੁਝ ਸਿੱਖਣ ਨੂੰ ਮਿਲਦਾ? ਮੈਮ ਕੌਂਸਲਿੰਗ ਕਰਾ ਰਹੇ ਨੇ ਲਗਾਤਾਰ, ਸਾਡੀ ਡੇਲੀ ਕੌਂਸਲਿੰਗ ਹੁੰਦੀ ਹੈ ਜੀ, ਯੋਗਾ ਹੁੰਦੀ ਹੈ ਜੀ, ਪਾਠ ਸਾਨੂੰ ਕਰਾਇਆ ਜਾਂਦਾ ਹੈ ਜੀ। ਪਹਿਲਾਂ ਨਸ਼ਾ ਕਰਦੇ ਸੀਗੇ, ਕਿਸ ਟਾਈਮ ਹੁੰਦਾ ਵਿੱਚੋਂ ਕਿ ਹਾਂ ਯਾਰ ਮੈਂ ਭੱਜ ਜਾ ਇੱਥੋਂ ਜਾ ਕੇ, ਮੈਂ ਫਿਰ ਦੁਬਾਰਾ ਉਹ ਚੀਜ਼ ਨੂੰ ਕਰਾਂ? ਹਾਂਜੀ ਸਰ, ਪਤਾ ਕੀ ਹੈ, ਹਜੇ ਜਦੋਂ ਇੱਥੋਂ ਸੈਂਟਰ ਤੋਂ ਜਾਂਦੇ ਹੋ ਵਾਪਸ ਘਰਾਂ ਦੇ ਵੱਲ, ਫਿਰ ਉਹੀ ਯਾਰ ਦੋਸਤ ਦਿਖਦੇ ਨੇ, ਪਿੰਡ ਦਿਖਦਾ ਹੈਗਾ, ਤਾਂ ਕਿਸੇ ਤਰੀਕੇ ਦਾ ਲੱਗਦਾ ਹੈਗਾ ਯਾਰ ਫਿਰ ਮੈਂ ਚੱਲ ਇੱਕ ਵਾਰ ਲਾ ਲਾਂ, ਮੁੜ ਕੇ ਛੱਡ ਦਾਂਗਾ, ਫਿਰ ਮੁੜ ਕੇ ਨਹੀਂ ਕਰਾਂਗਾ? ਪਹਿਲਾਂ ਦੋ ਚਾਰ ਦਿਨ ਗੁੱਸਾ ਆਇਆ ਵੀ ਸੋਚਿਆ ਵੀ ਨਹੀਂ ਛੱਡਣਾ ਨਹੀਂ ਹੈਗਾ ਜਾਂ ਕਿਸ ਤਰ੍ਹਾਂ, ਅਤੇ ਇਹੋ ਮੈਡਮਾਂ ਨੇ ਇਹੋ ਜਿਹਾ ਸਮਝਾਇਆ, ਕੌਂਸਲਿੰਗ ਇਹੋ ਜਿਹੀ ਕਰਵਾਈ, ਦਿਮਾਗ ਦੇ ਵਿੱਚੋਂ ਚਿੱਟੇ ਦਾ ਨਸ਼ਾ ਬਿਲਕੁਲ ਹੀ ਨਹੀਂ ਰਹਿ ਗਿਆ ਮੇਰੇ। ਨਸ਼ਾ ਜਿਹੜਾ ਹੈਗਾ ਜ਼ਿਆਦਾ ਤੁਹਾਡੇ ਹਿਸਾਬ ਨਾਲ ਕਿ ਚਿੱਟਾ ਇਹਦਾ, ਔਰ ਜਿਹੜਾ ਇੰਜੈਕਸ਼ਨ ਲਗਾਇਆ ਜਾਂਦਾ ਇਹੀ ਉਮਰ ਦੇ ਵਿੱਚ ਸ਼ੁਰੂ ਹੋ ਜਾਂਦਾ 13 ਸਾਲ ਦੀ ਉਮਰ? ਬਿਲਕੁਲ ਜੀ, ਸਾਡੇ ਕੋਲ ਜਿਹੜੇ ਬਜ਼ੁਰਗ ਲੋਕ ਆਉਂਦੇ ਸੀ ਜਿਨ੍ਹਾਂ ਦੀ ਉਮਰ 45 ਤੋਂ 65 ਸਾਲ ਹੁੰਦੀ ਸੀ, ਅਤੇ ਜੇ ਉਹਨਾਂ ਨੂੰ ਪੁੱਛਦੇ ਸੀਗੇ ਵੀ ਤੁਸੀਂ ਕੀ ਨਸ਼ਾ ਕਰਦੇ ਹੋ, ਤਾਂ ਉਹ ਦੱਸਦੇ ਸੀ 2 ਚਮਚ ਭੁੱਕੀ ਦੇ ਜਾਂ ਥੋੜ੍ਹੀ ਜਿਹੀ ਸ਼ਰਾਬ ਜਾਂ ਲੋਮੋਟੇਲ ਦੀਆਂ ਗੋਲੀਆਂ। ਭੁੱਕੀ ਕਿਉਂ ਖਾਣ ਲੱਗ ਗਏ? ਪਿੰਡਾਂ ਦੇ ਵਿੱਚ ਕੰਮ ਕਰਦੇ ਸੀਗੇ, ਅਤੇ ਉਹ ਪਿੰਡਾਂ ਵਿੱਚ ਜਦੋਂ ਕੰਮ ਕਰਦੇ ਸੀ ਸਾਨੂੰ ਚਾਹ ਦੇ ਵਿੱਚ ਪਾ ਕੇ ਦੇਤੀ ਜੀ ਭੁੱਕੀ, ਅਤੇ ਉਹ ਜਦੋਂ ਅਸੀਂ ਚਾਹ ਪੀਤੀ ਉਹ ਚਾਹ ਸਾਨੂੰ ਬੜੀ ਵਧੀਆ ਲੱਗੀ, ਅਸੀਂ ਕੰਮ ਜ਼ਿਆਦਾ ਕਰਨ ਲੱਗ ਗਏ। ਅਤੇ ਜਦੋਂ ਉਸ ਘਰ ਦੇ ਵਿੱਚੋਂ 10 ਦਿਨ ਕੰਮ ਕਰਦੇ ਸੀ, 11ਵੇਂ ਦਿਨ ਉਹ ਘਰ ਜਾਂਦੇ ਸੀ, ਤਾਂ ਉਹ ਕਹਿੰਦੇ ਸਾਨੂੰ ਫਿਰ ਤੋੜ ਲੱਗਦੀ ਸੀ ਵੀ ਅੱਜ ਉਹ ਚਾਹ ਨਹੀਂ ਮਿਲੀ ਹੈਗੀ, ਇਹੋ ਜਿਹਾ ਕੀ ਹੋ ਗਿਆ। ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਹਮਦਰ ਟੀਵੀ ਅਤੇ ਮੈਂ ਹਾਂ ਰਣਦੀਪ ਸਿੰਘ। ਤਾਂ ਜਿਸ ਤਰ੍ਹਾਂ ਹੀ ਪੰਜਾਬ ਨੂੰ ਜਿਹੜਾ ਹੈਗਾ ਨਸ਼ਿਆਂ ਦਾ 6ਵਾਂ ਦਰਿਆ ਕਿਹਾ ਜਾਂਦਾ, ਤਾਂ ਕਿਉਂਕਿ ਪੰਜਾਬ ਦੇ ਵਿੱਚ ਅਕਸਰ ਹੀ ਆਪਾਂ ਦੇਖਦੇ ਹਾਂ ਕਿ ਨਸ਼ਾ ਇੱਥੋਂ ਫੜ ਹੋ ਗਿਆ, ਇੱਥੋਂ ਫੜ ਹੋ ਗਿਆ, ਤਾਂ ਪੰਜਾਬ ਜਿਹੜਾ ਹੈਗਾ ਇਸ ਟਾਈਮ ਨਸ਼ਿਆਂ ਦੇ ਵਿੱਚ ਜਿੱਥੇ ਧਕੇਲਿਆ ਜਾ ਰਿਹਾ ਹੈਗਾ ਗਲ ਗਲ ਦੇ ਉੱਤੇ, ਤਾਂ ਦੂਸਰੇ ਪਾਸੇ ਨਸ਼ਾ ਛੁਡਾਊ ਕੇਂਦਰ ਵੀ ਜਿਹੜੇ ਹੈਗੇ ਬਣਿਆ। ਤੁਸੀਂ ਮੇਰੇ ਪਿੱਛੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ, ਇਹ ਪਟਿਆਲਾ ਦਾ ਸੰਕੇਤ ਹੋਸਪਿਟਲ ਹੈ ਦਾ, ਜਿਹਦੇ ਵਿੱਚ ਜਿਹੜਾ ਕਿ ਇਹ ਰੈੱਡ ਕ੍ਰੋਸ ਦੇ ਵੱਲੋਂ ਚਲਾਇਆ ਜਾ ਰਿਹਾ ਹੈਗਾ, ਤਾਂ ਤਸਵੀਰਾਂ ਦੇ ਤੁਹਾਨੂੰ ਦਿਖਾਇਆ ਜਾ ਸਕਦਾ ਹੈਗਾ। ਤਾਂ ਇੱਥੇ ਪਿਛਲੇ ਲੰਬੇ ਸਮੇਂ ਤੋਂ ਤਕਰੀਬਨ 1995 ਤੋਂ ਲੈ ਕੇ ਜਿਹੜਾ ਹੈਗਾ ਹੁਣ ਤੱਕ ਇਹ ਚੱਲ ਰਿਹਾ ਹੈਗਾ, ਔਰ ਕਈ ਲੋਕ ਇੱਥੋਂ ਸਿੱਖ ਕੇ ਗਏ ਨੇ, ਨਸ਼ਾ ਛੱਡ ਕੇ ਗਏ ਨੇ। ਤਾਂ ਤਸਵੀਰਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹੈਗੇ ਆ, ਕਿੰਨੇ ਲੋਕ ਜਿਹੜੇ ਹੈਗੇ ਇੱਥੇ ਨਸ਼ਾ ਛੱਡ ਚੁੱਕੇ ਨੇ, ਕਿੰਨੇ ਲੋਕ ਜਿਹੜੇ ਇਸ ਟਾਈਮ ਵੀ ਜਿਹੜਾ ਹੈਗਾ ਨਸ਼ਾ ਛੱਡ ਰਹੇ ਹੈਗੇ ਆ, ਮੇਲ ਨੇ ਫੀਮੇਲ ਨੇ, ਤਾਂ ਉਹਨਾਂ ਦੀ ਵੀ ਗੱਲਬਾਤ ਕਰਾਂਗੇ, ਔਰ ਕਿਹੜੇ ਜਿਹੜੇ ਜ਼ਿਆਦਾ ਨਸ਼ਾ ਕਰ ਰਹੇ ਨੇ, ਕਿਸ ਚੀਜ਼ ਦਾ ਡੋਜ਼ ਜ਼ਿਆਦਾ ਲੈ ਰਹੇ ਨੇ, ਤਾਂ ਉਹਦੀ ਜਾਣਕਾਰੀ ਵੀ ਲਵਾਂਗੇ, ਔਰ ਦੇਖਾਂਗੇ ਕਿ ਜਿਹੜੇ ਇੱਥੇ ਲੋਕ ਹੈਗੇ ਨੇ ਕਿਹੜੇ ਕਿਹੜੇ ਸ਼ਹਿਰਾਂ ਤੋਂ ਜਿਹੜੇ ਲੋਕ ਆਉਂਦੇ ਆ, ਔਰ ਜਿਹੜਾ ਏਜ ਫੈਕਟ ਹੈਗਾ ਕਿੰਨੀ ਕੁ ਉਮਰ ਦੇ ਜਿਹੜੇ ਲੋਕ ਹੈਗੇ ਆ ਉਹ ਜ਼ਿਆਦਾਤਰ ਉਰੇ ਰਹਿੰਦੇ ਹੈਗੇ, ਨਸ਼ਾ ਛੁਡਾਉਂਦੇ ਹੈਗੇ ਆ, ਪੰਜਾਬ ਦੇ ਕਿਹੜੇ ਕਿਹੜੇ ਸ਼ਹਿਰਾਂ ਤੋਂ ਆਉਂਦੇ ਆ ਜਾਂ ਬਾਹਰੋਂ ਵੀ ਕਿੱਥੋਂ ਆਉਂਦੇ ਹੈਗੇ ਆ। ਤਾਂ ਜ਼ਰੂਰ ਖੇਡ ਦਾ ਮੈਦਾਨ ਵੀ ਬਣਾਇਆ ਗਿਆ ਹੈਗਾ, ਹਰ ਐਕਟੀਵਿਟੀ ਵੀ ਜਿਹੜੀ ਉਰੇ ਕਰਵਾਈ ਜਾਂਦੀ ਹੈ, ਤਾਂ ਜ਼ਰੂਰ ਸਰਕਾਰਾਂ ਵੱਲੋਂ ਵੀ ਜਿਹੜਾ ਇਹ ਕਦਮ ਜ਼ਰੂਰ ਚੱਕੇ ਜਾਂਦੇ ਹੈਗੇ ਆ, ਤਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹੈਗੇ ਆ। ਤਾਂ ਇਹ ਵੀ ਦੇਖਾਂਗੇ ਕਿ ਜਿਹੜੇ ਉਰੇ ਮੁੰਡੇ ਇਸ ਟਾਈਮ ਨਸ਼ਾ ਛੱਡਣ ਆਏ ਹੋਏ ਨੇ, ਕੁੜੀਆਂ ਛੱਡਣ ਆਈਆਂ ਹੋਈਆਂ ਨੇ, ਜਾਂ ਇਕੱਲੇ ਮੁੰਡੇ ਹੀ ਨੇ, ਕੋਈ ਫੀਮੇਲ ਨਹੀਂ ਹੈਗੀਆਂ, ਤਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਕਿੰਨਾ ਕੁ ਟਾਈਮ ਹੋ ਗਿਆ ਉਹਨਾਂ ਨੂੰ ਉਰੇ, ਤਾਂ ਗੱਲਬਾਤ ਕਰਦੇ ਹਾਂ। ਕੀ ਨਾਮ ਹੈ ਤੁਹਾਡਾ? ਮੇਰਾ ਜੀ ਹਰਮਨਪ੍ਰੀਤ ਸਿੰਘ ਜੀ। ਹਰਮਨ, ਤੁਸੀਂ ਕਿਹੜੇ ਸ਼ਹਿਰ ਦੇ ਰਹਿਣ ਵਾਲੇ ਹੋ? ਮੈਂ ਜੀ ਸਮਾਣੇ ਤੋਂ। ਸਮਾਣੇ ਤੋਂ ਹਰਮਨ, ਤੁਸੀਂ ਵੀ ਉਰੇ ਹੋਸਪਿਟਲ 'ਚ ਪਹੁੰਚੇ ਹੋ ਨਸ਼ਾ ਛੁਡਾਊ ਕੇਂਦਰ ਦੇ ਵਿੱਚ, ਕਿਸ ਚੀਜ਼ ਦੀ ਲੱਤ ਲੱਗ ਗਈ ਹੈ ਤੁਹਾਨੂੰ? ਮੈਨੂੰ ਸਰ ਪਹਿਲਾਂ ਮੈਂ ਜੀ ਸਿਗਰਟ ਬੀੜੀ ਪੀਣ ਨਾਲ ਲੱਗ ਗਿਆ ਸੀਗਾ ਜੀ, ਅਤੇ 2011-12 'ਚ ਜੀ। ਫਿਰ ਉਸ ਤੋਂ ਬਾਅਦ ਜੀ ਹੌਲੀ ਹੌਲੀ ਸਿਗਰਟ ਬੀੜੀ ਤੋਂ ਦਾਰੂ 'ਤੇ ਆਇਆ ਜੀ, ਦਾਰੂ ਤੋਂ ਬਾਅਦ ਆਉਣ ਤੋਂ ਫਿਰ ਹੌਲੀ ਹੌਲੀ ਸਮੈਕ 'ਤੇ ਆ ਗਿਆ ਜੀ। ਸਮੈਕ ਤੋਂ ਬਾਅਦ ਜੀ ਫਿਰ ਚਿੱਟਾ ਪੀਣ ਲੱਗ ਗਿਆ ਜੀ, ਫਿਰ ਇੰਜੈਕਟ ਕਰਨ ਲੱਗ ਗਿਆ ਜੀ। ਫਿਰ ਸਰ ਮੈਂ ਪ੍ਰਾਈਵੇਟ ਸੈਂਟਰ ਵੀ ਕੱਟੇ ਨੇ, ਅਤੇ ਮਤਲਬ ਉਰੇ
ਸੇਫ ਹੈ ਜੀ ਵਧੀਆ ਜੀ। ਕਿਸ ਤਰ੍ਹਾਂ ਲੱਗਿਆ ਜਿਵੇਂ ਸਟਾਰਟਿੰਗ ਦੇ ਵਿੱਚ ਤੁਸੀਂ ਦੱਸਿਆ ਕਿ ਮੈਂ ਸਿਗਰਟ ਤੋਂ ਦਾਰੂ ਤੋਂ ਸ਼ੁਰੂ ਹੋਇਆ ਸੀਗਾ, ਚਿੱਟੇ ਤੱਕ ਦਾ ਸਫ਼ਰ ਕਿਵੇਂ ਰਿਹਾ ਫਿਰ, ਕਿਸ ਤਰ੍ਹਾਂ ਮਤਲਬ ਚਿੱਟਾ ਜਿਹੜਾ ਤੁਹਾਨੂੰ ਮਿਲਣਾ ਸ਼ੁਰੂ ਹੋਇਆ ਕਿਵੇਂ? ਸਰ ਮੈਂ ਸ਼ੋਪ 'ਤੇ ਲੱਗਿਆ ਹੋਇਆ ਸੀਗਾ ਜੀ, ਸਮਾਣੇ ਜੀ, ਸੇਲਜ਼ਮੈਨੀ ਦਾ ਕੰਮ ਕਰਦਾ ਸੀ। ਵੈਸੇ ਹੀ ਵੀਰੇ ਨਾਲ ਐਵੇਂ ਥੋੜ੍ਹਾ ਮੋਟਾ ਝਗੜਾ ਹੋ ਗਿਆ ਜੀ, ਕਿਸੇ ਦੇ ਘਰ ਬੈਠਾ ਸੀਗਾ ਜੀ, ਉਹ ਸੁਲਫਾ ਪੀ ਰਹੇ ਸੀਗੇ ਜੀ, ਐਵੇਂ ਬੈਠਾ ਸੀ, ਉੱਥੇ ਦੋ ਮੁੰਡੇ ਆਏ ਜੀ, ਸਮੈਕ ਲੈ ਕੇ ਆਏ ਵੀ ਆਪਾਂ ਪੀਂਦੇ ਹਾਂ ਜੀ, ਵੀ ਦੇਖਦੇ ਹਾਂ ਤੁਸੀਂ ਟੇਸਟ ਕਰੋ ਜੀ। ਅਤੇ ਉਸ ਟਾਈਮ ਮੇਰੇ ਚੈਨ ਕੜਾ ਜੀ ਸਭ ਕੁਛ ਸੀਗਾ ਜੀ, ਠੀਕ ਹੈ। ਉਹਨਾਂ ਨੇ ਇੱਕ ਦੋ ਤਿੰਨ ਚਾਰ ਦਿਨ ਮੈਨੂੰ ਫ੍ਰੀ ਪਿਲਾਈ ਜੀ, ਠੀਕ ਹੈ। ਫਿਰ ਉਸ ਤੋਂ ਯਾਰਾਂ ਦੋਸਤਾਂ ਨੇ, ਹਾਂਜੀ ਯਾਰਾਂ ਦੋਸਤਾਂ ਨੇ ਫ੍ਰੀ ਪਿਲਾਈ ਜੀ। ਅਤੇ ਫਿਰ ਉਸ ਤੋਂ ਬਾਅਦ ਜੀ ਜਦੋਂ ਮੈਨੂੰ ਲੱਤ ਲੱਗ ਗਈ ਜੀ ਉਸ ਚੀਜ਼ ਦੀ, ਲੋੜ ਪੈਣ ਲੱਗ ਗਈ ਵੀ ਚੀਜ਼ ਦੀ ਵੀ ਮੈਨੂੰ ਇਸ ਹੁਣ ਚਾਹੀਦੀ ਹੈ ਜੀ, ਵੀ ਉਹ ਚੀਜ਼ ਨਹੀਂ ਬਣ ਰਹੀ ਮੇਰੇ ਸਰੀਰ ਨਾਲ ਜੀ, ਫਿਰ ਮੈਂ ਗਿਆ ਉਹਨਾਂ ਕੋਲ ਜੀ ਵੀ ਮੈਨੂੰ ਦਿਓ ਯਾਰ। ਉਹਨਾਂ ਨੇ ਮੈਨੂੰ ਜੀ ਲੱਤ ਮਾਰ ਕੇ ਬਾਹਰ ਕੱਢਤਾ ਵੀ ਮੈਂ ਨਹੀਂ, ਜੇ ਤੇਰੇ ਕੋਲ ਪੈਸੇ ਹੈਗੇ ਲੈ। ਫਿਰ ਮੇਰੇ ਜੀ ਚੈਨ ਵੀ ਲੈ ਗਏ ਜੀ, ਕੜੇ ਵੀ ਲੈ ਗਏ ਜੀ, ਮਤਲਬ ਉਹਨਾਂ ਨੇ ਮੈਨੂੰ ਲੱਤ ਲਾ ਤੀ ਜੀ ਪੂਰੀ। ਫਿਰ ਮੈਨੂੰ ਮਿਲਣ ਲੱਗ ਗਿਆ ਜੀ, ਸਾਡੇ ਇੱਕ ਕੋਲ ਪਿੰਡ ਹੈ ਜੀ ਮੁਰਾਦਪੁਰਾ ਜੀ, ਅਤੇ ਉੱਥੇ ਸਾਰਾ ਪਿੰਡ ਹੀ ਜੀ ਹੀ ਸਮਾਨ ਵੇਚਦਾ ਜੀ ਲੀਗਲੀ। ਤਾਂ ਕਦੀ ਕੋਈ ਰੋਕ ਟੋਕ ਨਹੀਂ ਹੁੰਦੀ? ਰੋਕ ਟੋਕ ਸਰ ਆਸਾਨੀ ਨਾਲ ਮਿਲਦਾ, ਹਾਲੇ ਵੀ ਆਸਾਨੀ ਨਾਲ ਜੀ, ਬਿਲਕੁਲ। ਰੇਡ ਜਾਂਦੀ ਹੈ ਜੀ, ਪੁਲਿਸ ਜਾਂਦੀ ਹੈ ਪਟਿਆਲੇ ਤੋਂ ਵੀ, ਸਮਾਣੇ ਤੋਂ ਵੀ, ਪਰ ਬੰਦੇ ਬਾਹਰ ਭੱਜ ਜਾਂਦੇ ਨੇ ਜੀ, ਜਨਾਨੀਆਂ ਹੁੰਦੀਆਂ ਨੇ ਘਰੇ ਜੀ, ਉਹਨਾਂ ਤੋਂ ਫੜਿਆ ਨਹੀਂ ਜਾਂਦਾ। ਉਹ ਕਈ ਕਦੇ ਬੱਚੇ ਛੋਟੇ ਛੋਟੇ ਹੁੰਦੇ ਨੇ, ਉਹਨਾਂ ਦੀ ਜੇਬ 'ਚ ਪਾਤਾ ਜੀ, ਇੱਧਰ ਉੱਧਰ ਕੱਢਤੇ ਜੀ ਐਵੇਂ। ਉੱਥੇ ਪਿੰਡ ਦੇ ਵਿੱਚ 200 ਘਰ ਹੋਊਗਾ ਜੀ, ਤਾਂ ਹਰ ਸਮੈਕ, ਚਿੱਟਾ, ਭੁੱਕੀ, ਫੀਮ, ਟਰਾਮਾਡੋਲ ਦੀਆਂ ਗੋਲੀਆਂ, ਐਲਪ੍ਰੈਕਸ ਜੀ, ਮਤਲਬ ਕਿ ਉੱਥੇ ਸਾਰਾ ਆਸਾਨੀ ਨਾਲ ਜਿਹੜਾ ਹਾਲੇ ਅੱਜ ਵੀ ਮਿਲਦਾ। ਹਾਂਜੀ ਆਸਾਨੀ ਨਾਲ ਅੱਜ ਵੀ। ਪਰ ਹੁਣ ਤੁਸੀਂ ਸੈਂਟਰ ਦੇ ਵਿੱਚ ਪਹੁੰਚੇ ਹੋ, ਪਿੱਛੇ ਪਰਿਵਾਰ ਦੇਖਦੇ ਹੋ, ਲੱਗਦਾ ਹੁਣ ਨਸ਼ਾ ਛੱਡ ਦੋਗੇ, ਉਹਨਾਂ ਕੋਲ ਸਿੱਖਣ ਨੂੰ ਮਿਲਦਾ? ਮੈਮ ਕੌਂਸਲਿੰਗ ਕਰਾ ਰਹੇ ਨੇ ਲਗਾਤਾਰ? ਹਾਂਜੀ ਸਰ, ਇੱਥੇ ਬਹੁਤ ਵਧੀਆ ਜੀ, ਸਾਡੀ ਡੇਲੀ ਕੌਂਸਲਿੰਗ ਹੁੰਦੀ ਹੈ ਜੀ, ਯੋਗਾ ਹੁੰਦੀ ਹੈ ਜੀ, ਪਾਠ ਸਾਨੂੰ ਕਰਾਇਆ ਜਾਂਦਾ ਹੈ ਜੀ, ਅੰਦਰ ਵੋਸ਼ ਨਹਾਉਣ ਧੋਣ ਨੂੰ ਸਾਰਾ ਕੁਛ ਓਕੇ ਹੈ ਜੀ। ਖਾਣਾ ਸਵੇਰੇ ਜੀ ਪਰੌਂਠੇ ਮਿਲਦੇ ਆ, ਚਾਹ ਮਿਲਦੀ ਹੈ ਜੀ, ਤਿੰਨੇ ਟਾਈਮ ਖਾਣਾ ਸਾਨੂੰ ਵਧੀਆ ਮਿਲਦਾ। ਹਾਲੇ ਵੀ ਤਲਬ ਉੱਠਦੀ ਹੈ ਜਦੋਂ ਤੁਸੀਂ ਜਿਵੇਂ ਪਹਿਲਾਂ ਨਸ਼ਾ ਕਰਦੇ ਸੀਗੇ, ਕਿਸ ਟਾਈਮ ਹੁੰਦਾ ਵਿੱਚੋਂ ਕਿ ਹਾਂ ਯਾਰ ਮੈਂ ਭੱਜ ਜਾ ਇੱਥੋਂ ਜਾ ਕੇ, ਮੈਂ ਫਿਰ ਦੁਬਾਰਾ ਉਹ ਚੀਜ਼ ਨੂੰ ਕਰਾਂ? ਹਾਂਜੀ ਸਰ, ਪਤਾ ਕੀ ਹੈ, ਹਜੇ ਜਦੋਂ ਜੀ ਮੈਂ ਵੈਸੇ ਰਿਲੈਪਸ 3-4 ਵਾਰ ਹੋ ਗਿਆ ਜੀ, ਵੀ ਉਰੋ ਹਜੇ ਉਰੇ ਹਾਂ ਜੀ, ਹੈ ਨਾ, ਛੱਡ ਮਨ ਬਣਾ ਕੇ ਆਏ ਜੀ, ਇੱਥੇ ਕੋਈ ਧੱਕਾ ਨਹੀਂ ਕਰਦੇ ਜੀ ਵੀ ਤੁਹਾਡਾ। ਨਹੀਂ ਧੱਕਾ ਉਰੇ ਦੀ ਨਹੀਂ, ਜਿਵੇਂ ਲੱਗਦਾ ਹੈ ਕਿ ਮੈਂ ਇੱਥੋਂ ਹੁਣ ਛੱਡ ਕੇ ਜਾਵਾਂਗਾ ਕਿ ਬਾਹਰ ਜਾਵਾਂ, ਫਿਰ ਉਹੀ ਮਾਹੌਲ, ਫਿਰ ਉਹ ਯਾਰ ਦੋਸਤ ਦੇਖਣ ਜਾਂ ਕੁਛ ਹੈ, ਇਹ ਹੁੰਦਾ ਜੀ। ਜਿਵੇਂ ਛੱਡਣਾ ਚਾਹੀਦਾ ਬੰਦਾ ਛੱਡ ਸਕਦਾ, ਛੱਡ ਸਕਦਾ ਜੀ, ਮਨ ਹੋਣਾ ਚਾਹੀਦਾ ਆਪਣਾ, ਅੰਦਰੋਂ ਸੋਚ ਹੋਣੀ ਚਾਹੀਦੀ ਵੀ ਯਾਰ ਆਪਾਂ ਇਸ ਚੀਜ਼ ਵੱਲ ਜਾਣਾ ਨਹੀਂ ਜੀ, ਠੀਕ ਹੈ। ਪਰ ਜਿਹੜੀ ਯਾਰ ਦੋਸਤ ਨੇ ਜੀ ਇੱਕ ਅੱਧਾ ਮਿਲ ਗਿਆ ਯਾਰ, ਅੱਜ ਕੋਈ ਨਾ ਤੂੰ ਇੰਨੇ ਦਿਨਾਂ ਬਾਅਦ ਆਏ, ਹੈ ਨਾ, ਆਪਾਂ ਲਾ ਲੈਂਦੇ ਹਾਂ ਉਹੀ ਜੀ, ਇੱਕ ਵਾਰ ਲਾਇਆ ਫਿਰ ਉਹ ਦੁਬਾਰਾ ਫਿਰ ਦੁਬਾਰਾ ਸ਼ੁਰੂ, ਫਿਰ ਰਿਲੈਪਸ ਹੋ ਜਾਂਦੇ ਹਾਂ ਜੀ। ਹਾਂ ਬਾਈ ਜੀ, ਤੁਹਾਡਾ ਕੀ ਨਾਮ? ਮੇਰਾ ਨਾਮ ਦੀਪਕ। ਦੀਪਕ, ਤੁਸੀਂ ਕਿਹੜੀ ਜਗ੍ਹਾ ਤੋਂ? ਜਲੰਧਰ ਤੋਂ ਜੀ। ਬਾਈ ਜੀ, ਤੁਸੀਂ ਕਿਸ ਚੀਜ਼ ਦਾ ਜਿਹੜਾ ਹੈਗਾ ਨਸ਼ਾ ਕਰਨ ਲੱਗ ਗਏ ਸੀਗੇ? ਸਰ ਮੈਂ 2008 ਤੋਂ ਚਿੱਟੇ ਦਾ ਨਸ਼ਾ ਕਰਦਾ ਸੀ ਜੀ, ਹੈਰੋਇਨ ਦਾ, ਅਤੇ 2012 ਤੱਕ ਪੇਪਰ 'ਤੇ ਪੀਂਦਾ ਰਿਹਾ ਜੀ। ਉਸ ਤੋਂ ਬਾਅਦ ਮੈਂ ਇੰਜੈਕਟ ਕਰਨ ਲੱਗ ਗਿਆ, ਅਤੇ 2014 ਦੇ ਵਿੱਚ ਇੱਥੇ ਆ ਕੇ ਮੈਂ ਐਡਮਿਟ ਹੋ ਗਿਆ, ਅਤੇ ਉਦੋਂ ਤੋਂ ਮੈਂ ਜਿਹੜਾ ਜਿਹਾ ਮਾਹੌਲ ਪਹਿਲਾਂ ਤਾਂ ਲੱਗਦਾ ਸੀ ਵੀ ਬਾਕੀ ਸੈਂਟਰਾਂ ਵਾਂਗ ਹੋਵੇਗਾ ਜਾਂ ਕਿਸ ਤਰ੍ਹਾਂ, ਪਹਿਲਾਂ 2-4 ਦਿਨ ਗੁੱਸਾ ਆਇਆ ਵੀ ਸੋਚਿਆ ਵੀ ਨਹੀਂ ਛੱਡਣਾ ਨਹੀਂ ਹੈਗਾ ਜਾਂ ਕਿਸ ਤਰ੍ਹਾਂ ਜਿਹਾ, ਪਰ ਇੱਥੇ ਮਾਹੌਲ ਬਿਲਕੁਲ ਘਰ ਵਰਗਾ ਹੀ ਮਾਹੌਲ ਦੇ ਲਿਆ, ਅਤੇ ਇਹੋ ਮੈਡਮਾਂ ਨੇ ਇਹੋ ਜਿਹਾ ਸਮਝਾਇਆ, ਕੌਂਸਲਿੰਗ ਇਹੋ ਜਿਹੀ ਕਰਵਾਈ, ਦਿਮਾਗ ਦੇ ਵਿੱਚੋਂ ਚਿੱਟੇ ਦਾ ਨਸ਼ਾ ਬਿਲਕੁਲ ਹੀ ਨਹੀਂ ਰਹਿ ਗਿਆ ਮੇਰੇ। ਅਤੇ ਹੁਣ ਸਰ ਦੁਬਾਰਾ ਮੇਰੇ ਆਉਣ ਦਾ ਕਾਰਨ ਇਹ ਸੀ ਵੀ ਮੈਂ ਸਰ ਤਕਰੀਬਨ ਡੇਲੀ ਡਰਿੰਕ ਕਰਨ ਲੱਗ ਗਿਆ ਸੀ। ਉਸ ਤੋਂ ਬਾਅਦ 'ਚ ਹੁਣ ਡਰਿੰਕ ਦੇ 7 ਸਾਲ ਚਿੱਟਾ ਛੱਡੀ ਰੱਖਿਆ ਬਿਲਕੁਲ ਜੀ, ਹੁਣ ਡਰਿੰਕ ਕਰਨ ਤੋਂ ਬਾਅਦ ਦੇ ਵਿੱਚ ਡਰਿੰਕ ਦੀ ਡੋਜ਼ ਵੱਧ ਗਈ ਮੇਰੀ, ਅਤੇ ਉਹ ਛੱਡਣ ਕਰਕੇ ਮੈਨੂੰ ਲੱਗਾ ਵੀ ਇੱਥੇ ਹੀ ਆਉਣਾ ਚਾਹੀਦਾ, ਕਿਉਂਕਿ ਲਗਾਤਾਰ ਤੁਸੀਂ ਚਿੱਟੇ ਦਾ ਸੇਵਨ ਜ਼ਰੂਰ ਕੀਤਾ ਹੈਗਾ। ਤਾਂ ਜਿਸ ਤਰ੍ਹਾਂ ਬਾਈ ਜੀ ਇਹਨਾਂ ਨੇ ਦੱਸਿਆ, ਤੁਹਾਡੇ ਵੀ ਉੱਧਰਲੇ ਏਰੀਏ ਦੇ ਵਿੱਚ ਨਸ਼ਾ ਜਿਹੜਾ ਫੁੱਲ ਇੱਦਾਂ ਹੀ ਮਿਲਦਾ ਸੀਗਾ? ਘਰ ਘਰ ਦੇ ਵਿੱਚ ਨਸ਼ਾ, ਜਿੱਥੋਂ ਮਰਜ਼ੀ ਜਿਸ ਗਲੀ ਦੇ ਵਿੱਚੋਂ ਮਰਜ਼ੀ ਨਿਕਲ ਜਾਓ, ਆਵਾਜ਼ਾਂ ਮਾਰ ਮਾਰ ਕੇ ਨਸ਼ਾ ਵੇਚ ਰਹੇ ਲੋਕ। ਸਰਕਾਰ ਤਾਂ ਬਹੁਤ ਤਰ੍ਹਾਂ ਦੇ ਦਾਅਵੇ ਕਰਦੀ ਹੈਗੀ ਕਿ ਨਸ਼ਾ ਜਿਹੜਾ ਹੈਗਾ ਉਹ ਖਤਮ ਹੋ ਚੁੱਕਿਆ ਹੈ। ਸਰ ਸਰਕਾਰ ਦੇ ਕਹਿਣ ਨਾਲ ਹੀ ਹੋ ਜਾਣਾ, ਸਰਕਾਰ ਨੂੰ ਇਹ ਵੀ ਦੇਖਦਾ ਹੋਣਾ ਚਾਹੀਦਾ ਵੀ ਕਿੰਨੇ ਲੋਕ ਮੌਤਾਂ ਹੋ ਰਹੀਆਂ, ਕੀ ਕੁਛ ਹੋ ਰਿਹਾ, ਠੀਕ ਹੈ ਜੀ, ਖੋਖਲੇ ਦਾਅਵਿਆਂ ਨਾਲ ਨਹੀਂ ਹੋਣਾ ਕੁਛ ਵੀ, ਇਹ ਤਾਂ ਸਰਕਾਰ ਚਾਹੇ ਤਕਰੀਬਨ ਸੈਂਟਰਾਂ ਦੀ ਲੋੜ ਨਾ ਪਵੇ।
ਠੀਕ ਹੈ ਜੀ। ਪਰ ਅਸੀਂ ਅਕਸਰ ਦੇਖਿਆ ਜਾਂਦਾ ਹੈਗਾ ਕਿ ਜਿਹੜਾ ਲੰਮੇ ਸਮੇਂ ਤੋਂ ਕੋਈ ਸਮੈਕ ਜਾਂ ਚਿੱਟੇ ਦਾ ਨਸ਼ਾ ਕਰਦਾ ਹੈਗਾ ਛੱਡ ਨਹੀਂ ਪਾ ਸਕਦਾ, ਉਹਨਾਂ ਵੱਲੋਂ ਕਿਹਾ ਜਾਂਦਾ ਕਿ ਵਾਰ ਵਾਰ ਕਿ ਬਾਈ ਜੀ ਨਹੀਂ ਛੱਡ ਸਕਦੇ ਅਸੀਂ ਹੈਗੇ, ਤਾਂ ਤੁਸੀਂ ਵੀ ਛੱਡਿਆ ਹੈਗਾ ਕਿਸ ਤਰ੍ਹਾਂ, ਇੱਕ ਵਾਰ ਤਾਂ ਝਟਕਾ ਜ਼ਰੂਰ ਲੱਗਦਾ ਹੋਊਗਾ। ਸਰ ਇਹ ਆਪਣੇ ਦਿਮਾਗੀ ਆ, ਠੀਕ ਹੈ ਜੀ, ਆਪਣੇ ਦਿਮਾਗ ਦੀ ਖੇਡ ਆ। ਅਤੇ ਆਪਾਂ ਨੂੰ ਜੇ ਘਰ ਵਰਗਾ ਮਾਹੌਲ ਨਹੀਂ ਮਿਲ ਜਾਵੇ, ਜਿੱਥੇ ਛਡਾਉਣ ਵਾਲੇ ਚਾਰ ਹੋਣ, ਘਰ ਦਾ ਮਾਹੌਲ ਦੇਣ ਪਿਆਰ ਮਿਲੇ, ਤਾਂ ਬੰਦਾ ਛੱਡ ਸਕਦਾ ਜੀ। ਠੀਕ ਹੈ ਜੀ, ਜੇ ਹੁਣ ਘਰ ਦੇ ਧੱਕਾ ਕਰਨ ਜਾਂ ਜੇ ਕਿਤੇ ਹੋਰ ਜਗ੍ਹਾ 'ਤੇ ਜਾ ਕੇ ਧੱਕੇ ਨਾਲ ਕਿਸੇ ਕੋਲੋਂ ਵੀ ਨਹੀਂ ਛਡਵਾਇਆ ਜਾ ਸਕਦਾ ਨਸ਼ਾ, ਮਾਹੌਲ ਵਧੀਆ ਹੋਣਾ ਚਾਹੀਦਾ, ਆਪਣੀ ਸੰਗਤ ਚੇਂਜ ਕਰ ਲਓ ਅਤੇ ਆਪਣੇ ਆਪ ਨਸ਼ਾ ਛੁੱਟ ਜਾਂਦਾ ਜੀ। ਜਦੋਂ ਇੱਥੋਂ ਸੈਂਟਰ ਤੋਂ ਜਾਂਦੇ ਹੋ ਵਾਪਸ ਘਰਾਂ ਦੇ ਵੱਲ, ਫਿਰ ਉਹੀ ਯਾਰ ਦੋਸਤ ਦਿਖਦੇ ਨੇ, ਪਿੰਡ ਦਿਖਦਾ ਹੈਗਾ, ਤਾਂ ਕਿਸੇ ਤਰੀਕੇ ਦਾ ਲੱਗਦਾ ਹੈਗਾ ਯਾਰ ਫਿਰ ਮੈਂ ਚੱਲ ਇੱਕ ਵਾਰ ਲਾ ਲਾਂ, ਮੁੜ ਕੇ ਛੱਡ ਦਾਂਗਾ, ਫਿਰ ਮੁੜ ਕੇ ਨਹੀਂ ਕਰਾਂਗਾ, ਇੱਕ ਵਾਰ ਲਾ ਲਾਂ, ਕੁਝ ਇਸ ਤਰ੍ਹਾਂ ਦਾ ਵੀ ਮਨ ਹੁੰਦਾ ਕਿ ਮਨ ਮਾਰਿਆ ਜਾਂਦਾ। ਸਰ ਇਸ ਤਰ੍ਹਾਂ ਨਾ ਉਹਦੇ ਵਾਸਤੇ ਆਪਣੇ ਦਿਮਾਗ ਨੂੰ ਹੀ ਕੰਟਰੋਲ ਕਰਨਾ ਪੈਂਦਾ ਜੀ। ਦਿਲ ਤਾਂ ਜ਼ਰੂਰ ਕਰਦਾ, ਪਰ ਜੇ ਫਿਰ ਆਪਣਾ ਘਰ ਪਰਿਵਾਰ ਸੋਚ ਕੇ ਬੰਦਾ ਚੱਲੇ ਤਾਂ ਛੱਡ ਸਕਦਾ, ਜੇ ਸੋਚਣਾ ਵੀ ਮਜ਼ਾ ਲੈਣਾ ਨਹੀਂ ਫਿਰ ਉਹੀ ਕੁਛ ਕਰਨਾ, ਤਾਂ ਫਿਰ ਤਾਂ ਇੱਕ ਮੌਤ ਹੀ ਹੈ ਜੀ। ਤਾਂ ਬਿਲਕੁਲ ਜਿਹੜੇ ਇਸ ਸੰਸਥਾ ਨੂੰ ਜਿਹੜੇ ਇਹ ਚਲਾ ਰਹੇ ਨੇ ਮੈਡਮ ਜਿਹੜੇ ਨੇ ਉਰੇ, ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਔਰ ਪੁੱਛਾਂਗੇ ਕਿੰਨੇ ਕੁ ਪੇਸ਼ੈਂਟ ਉਰੇ ਆਉਂਦੇ ਆ ਔਰ ਕਿਹੜੇ ਕਿਹੜੇ ਨਸ਼ੇ ਜਿਹੜੇ ਹੈਗੇ ਆ ਉਹਨਾਂ ਪੇਸ਼ੈਂਟਾਂ ਵੱਲੋਂ ਜਿਹੜੇ ਕੀਤੇ। ਸਵਾਗਤ ਹੈ ਤੁਹਾਡਾ ਹਮਦਰਦ ਟੀਵੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੈਡਮ, ਸਭ ਤੋਂ ਪਹਿਲਾਂ ਗੱਲ ਕੀਤੀ ਜਾਵੇ ਪੰਜਾਬ ਨੂੰ ਛੇਵਾਂ ਜਿਹੜਾ ਦਰਿਆ ਕਿਹਾ ਜਾਂਦਾ ਨਸ਼ਿਆਂ ਦਾ, ਤਾਂ ਇੱਕ ਪਾਸੇ ਨਸ਼ਾ ਮੁਕਤੀ ਕੇਂਦਰ ਵੀ ਬਣਾਏ ਗਏ ਨੇ, ਤਾਂ ਮੈਮ ਕਿੰਨੇ ਕੁ ਸਾਲ ਹੋ ਗਏ ਤੁਹਾਨੂੰ ਉਰੇ? ਮੈਂ ਜੀ ਇੱਥੇ 1995 ਤੋਂ ਜਿਹੜਾ ਆਪਣੀਆਂ ਸੇਵਾਵਾਂ ਨਿਭਾ ਰਹੀ ਹਾਂ ਐਜ਼ ਏ ਪ੍ਰੋਜੈਕਟ ਡਾਇਰੈਕਟਰ ਡੇ ਅਡਿਕਸ਼ਨ ਸੈਂਟਰ ਦੇ ਵਿੱਚ, ਅਤੇ 1995 ਤੋਂ ਹੀ ਮੈਂ ਇੱਥੇ ਜਿਹੜਾ ਪੂਰੇ ਪੰਜਾਬ ਦੇ ਵਿੱਚ ਜੋ ਵੀ ਸਾਡੇ ਕੋਲ ਨਸ਼ਾ ਮੁਕਤ ਹੋਣ ਲਈ ਆਉਂਦੇ ਨੇ ਉਹਨਾਂ ਨੂੰ ਆਪਣਾ ਵੱਧ ਤੋਂ ਵੱਧ ਜਿਹੜਾ ਹੈ ਨਸ਼ਿਆਂ ਤੋਂ ਮੁਕਤ ਹੋਣ ਲਈ ਆਪਣਾ ਸਹਿਯੋਗ ਦੇ ਰਹੀ ਹਾਂ। ਇਹ ਜਿਹੜਾ ਹੋਸਪਿਟਲ ਹੈ ਇੰਡੀਅਨ ਰੈੱਡ ਕਰੋਸ ਸੁਸਾਇਟੀ ਪੰਜਾਬ ਸਟੇਟ ਬ੍ਰਾਂਚ ਚੰਡੀਗੜ੍ਹ ਸੈਕਟਰੀ ਸ਼੍ਰੀ ਸ਼ਿਵ ਦੁਲਾਰ ਢਿੱਲੋਂ ਜੀ ਦੀ ਅਗਵਾਈ ਦੇ ਵਿੱਚ ਇਹ ਸੈਂਟਰ ਚੱਲ ਰਿਹਾ। ਪੂਰੇ ਪੰਜਾਬ ਦੇ ਵਿੱਚ ਸਾਡੇ 4 ਨਸ਼ਾ ਮੁਕਤੀ ਕੇਂਦਰ ਚੱਲ ਰਹੇ ਨੇ ਜਿੱਥੇ ਕਿ ਪੰਜਾਬ ਅਤੇ ਹਰਿਆਣਾ ਅਤੇ ਹੋਰ ਸਟੇਟ ਦੇ ਲੋਕਾਂ ਨੂੰ ਜਿਹੜਾ ਨਸ਼ਾ ਮੁਕਤ ਕੀਤਾ ਜਾਂਦਾ। ਮੈਡਮ, ਜਿਵੇਂ ਨਸ਼ਾ ਕਰਦੇ ਨੇ ਮੁੰਡੇ ਅਤੇ ਬਹੁਤ ਮਾਂ ਪਿਓ ਪਰੇਸ਼ਾਨ ਹੁੰਦੇ ਆ, ਤਾਂ ਆਪਣਾ ਸਾਡੀ ਸਟੋਰੀ ਦਾ ਇਹੀ ਮਤਲਬ ਹੈਗਾ ਕਿ ਉਹ ਨਸ਼ਾ ਛੁਡਾਓ ਕੇਂਦਰਾਂ ਦੇ ਵਿੱਚ ਲੈ ਕੇ ਜਾਣ, ਕਹਿੰਦੇ ਕਿ ਬਹੁਤ ਤਰ੍ਹਾਂ ਦੇ ਜਿਹੜੇ ਨਸ਼ਾ ਛੁਡਾਓ ਕੇਂਦਰ ਨੇ ਉਹਨਾਂ ਦੇ ਵਿੱਚ ਨਸ਼ਾ ਉਪਲਬਧ ਹੁੰਦਾ, ਮਿਲਦਾ ਅੰਦਰ, ਤਾਂ ਇਹ ਸਰਕਾਰੀ ਹੈਗਾ, ਕਿਸ ਤਰ੍ਹਾਂ ਦੀ ਇਹਦੇ ਅੰਦਰ ਜਿਹੜੀ ਸੁਵਿਧਾ ਹੈਗੀ ਆ ਜਿਹੜੇ ਲੋਕ ਪਹੁੰਚਦੇ ਨੇ ਤੁਹਾਡੇ ਕੋਲ? ਦੇਖੋ ਜੀ, ਨਸ਼ਾ ਮੁਕਤੀ ਕੇਂਦਰ ਬਣੇ ਨੇ ਪੂਰੇ ਨਸ਼ਾ ਕਰਨ ਵਾਲਿਆਂ ਨੂੰ ਨਸ਼ਾ ਮੁਕਤ ਕਰਨ ਲਈ। ਮੈਂ ਨਹੀਂ ਕਹਿੰਦੀ ਕਿ ਨਸ਼ਾ ਮੁਕਤੀ ਕੇਂਦਰਾਂ ਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਕੋਈ ਨਸ਼ਾ ਮਿਲਦਾ। ਹਾਂ, ਨਸ਼ਾ ਮੁਕਤ ਹੋਣ ਦੇ ਲਈ ਜਦੋਂ ਮਰੀਜ਼ ਆਉਂਦੇ ਨੇ ਉਹਨਾਂ ਦੀ ਚੈਕਿੰਗ ਹੁੰਦੀ ਹੈ, ਕਿਸੇ ਕੋਲੋਂ ਪੋਕਿਟ ਵਿੱਚੋਂ ਆਉਣ ਦੇ ਸਮੇਂ ਬੀੜੀ ਪਈ ਹੋਈ ਹੈ, ਜਰਦਾ ਪਿਆ ਹੋਇਆ, ਉਹ ਉਸੇ ਟਾਈਮ ਚੈੱਕ ਹੋਣ ਦੇ ਦੌਰਾਨ ਕੱਢ ਲਿਆ ਜਾਂਦਾ। ਪਰ ਜਦੋਂ ਦਾਖਲ ਹੋ ਜਾਂਦੇ ਨੇ ਨਸ਼ਾ ਮੁਕਤੀ ਕੇਂਦਰ ਦੀ ਵਾਰਡ ਦੇ ਵਿੱਚ ਸ਼ਿਫਟ ਹੋ ਜਾਂਦੇ ਨੇ, ਉਸ ਟਾਈਮ ਤੋਂ ਲੈ ਕੇ ਉਹਨਾਂ ਦੇ ਟ੍ਰੀਟਮੈਂਟ ਦੇ ਪੂਰੇ ਡਿਸਚਾਰਜ ਹੋਣ ਤੱਕ ਕਿਸੇ ਵੀ ਤਰ੍ਹਾਂ ਦਾ ਨਸ਼ਾ ਜਿਹੜਾ ਨਹੀਂ ਹੁੰਦਾ। ਕਿਉਂ? ਕਿਉਂਕਿ ਸੈਂਟਰ ਜਿਹੜਾ ਸਾਡਾ ਪਟਿਆਲਾ ਦਾ ਇਹੋ ਜਿਹਾ ਬਣਿਆ ਹੋਇਆ, ਪਿਛਲੇ ਸਮੇਂ ਦੇ ਵਿੱਚ ਇੱਥੇ ਸਾਡੇ ਜਿਹੜੇ ਨੇ DC ਮੈਮ ਸ਼੍ਰੀ ਸਾਕਸ਼ੀ ਸਾਨੇ ਜੀ ਵੱਲੋਂ, ਉਹਨਾਂ ਵੱਲੋਂ ਵੀ ਇਹਨੂੰ ਪੰਜਾਬ ਦਾ ਜਿਹੜਾ ਮਾਡਲ ਨਸ਼ਾ ਮੁਕਤੀ ਕੇਂਦਰ ਬਣਾਇਆ ਗਿਆ। ਇਸ 'ਤੇ ਕਾਫੀ ਪੈਸਾ ਖਰਚ ਕੀਤਾ ਗਿਆ, ਜਿਸ ਵਿੱਚ ਇਹਨਾਂ ਨੂੰ ਜਿੰਮ ਦੀ ਫੈਸਿਲਿਟੀ, ਯੋਗਾ ਰੂਮ, ਮਿਊਜ਼ਿਕ ਰੂਮ ਅਤੇ ਥੈਰੇਪੀ ਰੂਮ, ਬਾਬਾ ਜੀ ਦਾ ਕਮਰਾ ਪਾਠ ਪੂਜਾ ਦੇ ਲਈ, ਹੋਰ ਇਹਨਾਂ ਨੂੰ ਬਿਜ਼ੀ ਸ਼ਡਿਊਲ, ਇਨਡੋਰ ਗੇਮਸ, ਆਊਟਡੋਰ ਗੇਮਸ ਜਿਹੜੇ ਕਰਵਾਈਆਂ ਜਾਂਦੀਆਂ ਨੇ, ਇਹਨਾਂ ਨੂੰ ਇੰਨਾ ਬਿਜ਼ੀ ਰੱਖਿਆ ਜਾਂਦਾ ਹੈ। ਅਤੇ ਮੈਡੀਕਲ ਅਫਸਰ ਨੇ ਇਹਨਾਂ ਨੂੰ ਚੈੱਕਅਪ ਕਰਦੇ ਨੇ 2 ਟਾਈਮ, ਇਹਨਾਂ ਨੂੰ ਮੈਡੀਸਨ ਲਿਖਦੇ ਨੇਗੇ, ਅਤੇ ਉਹ ਫਾਰਮਾਸਿਸਟ ਅਤੇ ਮੇਲ ਨਰਸ ਦੁਆਰਾ ਉਹਨਾਂ ਨੂੰ ਟਾਈਮ ਟੂ ਟਾਈਮ ਦਵਾਈਆਂ ਦਿੱਤੀਆਂ ਜਾਂਦੀਆਂ ਨੇ। ਸਾਡਾ ਜਿਹੜਾ ਮੁੱਖ ਮਕਸਦ ਹੈ ਇਹਨਾਂ ਨੂੰ ਦਵਾਈਆਂ ਦੇਣਾ ਨਹੀਂ ਹੈਗਾ, ਇਹਨਾਂ ਨੂੰ ਕੌਂਸਲਿੰਗ ਕਰਨਾ, ਕਿਉਂਕਿ ਕੌਂਸਲਿੰਗ ਇੱਕ ਇਹੋ ਜਿਹਾ ਉਹ ਹੈਗਾ ਜਿਹੜੀ ਕੌਂਸਲਿੰਗ ਦੇ ਥਰੂ ਇਹਨਾਂ ਨੂੰ ਅਸੀਂ ਵਿਲ ਪਾਵਰ ਨੂੰ ਸਟਰੋਂਗ ਕਰ ਸਕਦੇ ਹਾਂ ਅਤੇ ਇਹਨਾਂ ਦਾ ਜਿਹੜਾ ਦਿਮਾਗਾਂ ਨੂੰ ਸੈੱਟ ਕਰ ਸਕਦੇ ਹਾਂ। ਅਤੇ ਨਸ਼ਾ ਇੱਕ ਚੀਜ਼ ਇਹੋ ਜਿਹੀ ਹੈ, ਜਦੋਂ ਇਨਸਾਨ ਨਸ਼ਾ ਕਰਨ ਲੱਗ ਜਾਂਦਾ, ਉਹ ਨਸ਼ਾ ਜਿਹੜਾ ਨਾ ਉਹ 5-6 ਘੰਟੇ ਉਹਨਾਂ ਦੇ ਦਿਮਾਗਾਂ ਦੇ ਵਿੱਚ, ਉਹਨਾਂ ਦੇ ਆਪਣੇ ਖਿਆਲਾਂ ਦੇ ਵਿੱਚ ਉਹ ਸਮਾਂ ਨਹੀਂ ਭੁੱਲਦਾ ਹੈਗਾ। ਮੈਡਮ, ਮੈਂ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਸਭ ਤੋਂ ਪਹਿਲਾਂ ਤਾਂ ਕਿ ਜਿਹੜਾ ਉਰੇ ਦਾਖਲ ਕਰਾਉਣਾ ਹੁੰਦਾ, ਜਿਵੇਂ ਕਿਸੇ ਦਾ ਪੁੱਤ ਦਾਖਲ ਹੁੰਦਾ ਹੈਗਾ, ਨਸ਼ਾ ਕਰਦਾ ਹੈਗਾ, ਤੁਹਾਡਾ ਸਭ ਤੋਂ ਪਹਿਲਾਂ ਤਾਂ ਉਰੇ ਖਰਚਾ ਕੀ ਹੈਗਾ? ਹਾਂਜੀ, ਇਹ ਜਿਹੜੇ ਨਸ਼ਾ ਮੁਕਤੀ ਕੇਂਦਰ ਸਾਡਾ ਬਿਲਕੁਲ ਫਰੀ ਹੈ ਜੀ, ਇੱਥੇ ਕੋਈ ਵੀ ਖਰਚਾ ਨਹੀਂ ਲਿਆ ਜਾਂਦਾ, ਸਿਰਫ 40 ਰੁਪਏ ਫਾਈਲ ਚਾਰਜ ਦੇ ਲੈ ਜਾਂਦੇ ਨੇ। ਖਾਣਾ ਵੀ ਫਰੀ ਹੈ, ਰਹਿਣ ਸਹਿਣ ਵੀ ਫਰੀ ਹੈ ਅਤੇ ਦਵਾਈਆਂ ਵੀ ਫਰੀ ਨੇ। ਕੋਈ ਵੀ ਮਰੀਜ਼ ਆਉਂਦਾ ਸਾਡੇ ਕੋਲ, ਕਿਸੇ ਤੋਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਪੈਸਾ ਨਹੀਂ ਲਿਆ ਜਾਂਦਾ। ਮੈਮ, ਅਤੇ ਜਿਸ ਤਰ੍ਹਾਂ ਹੁਣ 95 ਦੀ ਗੱਲ ਕੀਤੀ ਜਾਵੇ, ਤੁਸੀਂ 95 ਦੇ ਉਰੇ ਹੈਗੇ ਹੋ, ਤਾਂ ਮੈਡਮ 95 ਦੇ ਵਿੱਚ ਜਿਹੜਾ ਨਸ਼ਾ ਚੱਲਦਾ ਸੀਗਾ ਉਹ ਕਿਸ ਤਰ੍ਹਾਂ ਦਾ ਨਸ਼ਾ ਸੀਗਾ ਪਹਿਲਾਂ? ਹਾਂ, ਜਦੋਂ ਜੀ ਮੈਂ 95 ਦੇ ਵਿੱਚ ਆਈ ਤਾਂ ਲੋਕ ਸਾਡੇ ਕੋਲ ਆਉਂਦੇ ਸੀ ਨਸ਼ਾ ਮੁਕਤ ਹੋਣ ਦੇ ਲਈ, ਅਤੇ ਉਦੋਂ ਬਹੁਤ ਸਿਆਣੇ
ਬਜ਼ੁਰਗ ਲੋਕ ਆਉਂਦੇ ਸੀ ਜਿਨ੍ਹਾਂ ਦੀ ਉਮਰ 45 ਤੋਂ 65 ਸਾਲ ਹੁੰਦੀ ਸੀ ਅਤੇ ਜੇ ਉਹਨਾਂ ਨੂੰ ਪੁੱਛਦੇ ਸੀਗੇ ਵੀ ਤੁਸੀਂ ਕੀ ਨਸ਼ਾ ਕਰਦੇ ਹੋ ਤਾਂ ਉਹ ਦੱਸਦੇ ਸੀ 2 ਚਮਚ ਭੁੱਕੀ ਦੇ ਜਾਂ ਥੋੜ੍ਹੀ ਜਿਹੀ ਸ਼ਰਾਬ ਜਾਂ ਲੋਮੋਟੇਲ ਦੀਆਂ ਗੋਲੀਆਂ। ਸਿਰਫ ਇਸ ਪ੍ਰਕਾਰ ਦੇ ਨਸ਼ੇ ਹੁੰਦੇ ਸੀ ਅਤੇ ਉਹਨਾਂ ਦੀ ਜਿਹੜੀ ਉਮਰ ਹੈ ਉਹ ਵੀ 45 ਤੋਂ 65 ਸਾਲ ਤੱਕ ਦੀ ਹੁੰਦੀ ਸੀ ਅਤੇ ਉਹਨਾਂ ਦੇ ਕਾਰਨ ਕੀ ਹੁੰਦੇ ਸੀ? ਭੁੱਕੇ ਘਿਓ ਖਾਣ ਲੱਗ ਗਏ। ਪਿੰਡਾਂ ਦੇ ਵਿੱਚ ਕੰਮ ਕਰਦੇ ਸੀਗੇ ਅਤੇ ਉਹ ਪਿੰਡਾਂ ਵਿੱਚ ਜਦੋਂ ਕੰਮ ਕਰਦੇ ਸੀ ਸਾਨੂੰ ਚਾਹ ਦੇ ਵਿੱਚ ਪਾ ਕੇ ਦੇਤੇ ਜੀ ਭੁੱਕੇ, ਅਤੇ ਉਹ ਜਦੋਂ ਅਸੀਂ ਚਾਹ ਪੀਤੀ ਉਹ ਚਾਹ ਸਾਨੂੰ ਬੜੀ ਵਧੀਆ ਲੱਗੀ, ਅਸੀਂ ਕੰਮ ਜ਼ਿਆਦਾ ਕਰਨ ਲੱਗ ਗਏ। ਅਤੇ ਜਦੋਂ ਉਸ ਘਰ ਦੇ ਵਿੱਚ ਉਹ 10 ਦਿਨ ਕੰਮ ਕਰਦੇ ਸੀ, 11ਵੇਂ ਦਿਨ ਉਹ ਘਰ ਜਾਂਦੇ ਸੀ ਤਾਂ ਉਹ ਕਹਿੰਦੇ ਸਾਨੂੰ ਫਿਰ ਤੋੜ ਲੱਗਦੀ ਸੀ ਵੀ ਅੱਜ ਉਹ ਚਾਹ ਨਹੀਂ ਮਿਲੀ ਹੈਗੀ, ਇਹੋ ਜਿਹਾ ਕੀ ਹੋ ਗਿਆ। ਸੋ ਇਹੋ ਜਿਹੇ ਛੋਟੇ ਛੋਟੇ ਕਾਰਨ ਹੁੰਦੇ ਸੀ ਅਤੇ ਉਹ ਕੁਛ ਹੀ ਦਿਨਾਂ ਦੇ ਵਿੱਚ ਨਸ਼ਾ ਛੱਡ ਕੇ ਆਪਣੇ ਘਰਾਂ ਨੂੰ ਜਾਂਦੇ ਸੀ ਅਤੇ ਫੋਲੋ ਅਪ ਕਰਦੇ ਸੀ, ਉਹ ਬੜੀ ਵਧੀਆ ਜ਼ਿੰਦਗੀ ਬਤੀਤ ਕਰਦੇ ਸੀ ਅਤੇ ਨਸ਼ਾ ਮੁਕਤ ਹੋ ਜਾਂਦੇ ਸੀਗੇ। ਹੁਣ ਦੇਖਿਆ ਜਾਵੇ ਕਿ ਹੁਣ ਜਿਹੜਾ ਇਸ ਟਾਈਮ ਦੌਰ ਚੱਲ ਰਿਹਾ ਹੈਗਾ 2022-23 ਦੇ ਵਿੱਚ, ਤਾਂ ਹੁਣ ਇਸ ਟਾਈਮ ਜਿਹੜੇ ਤੁਹਾਡੇ ਕੋਲ ਪੇਸ਼ੈਂਟ ਆਉਂਦੇ ਹੈਗੇ, ਕਿਸ ਚੀਜ਼ ਦਾ ਜ਼ਿਆਦਾ ਨਸ਼ਾ ਸੇਵਨ ਕਰ ਰਹੇ ਹੈਗੇ? ਹਾਂ, ਸੋ ਅੱਜ ਦਾ ਜਿਹੜਾ ਨਸ਼ਾ ਹੈ ਬਹੁਤ ਦੁਖਦਾਈ ਵਿਸ਼ਾ ਬਣਿਆ ਹੋਇਆ ਸਾਡੇ ਪੂਰੇ ਸਮਾਜ ਦੇ ਲਈ। ਅੱਜ ਤਾਂ ਜਦੋਂ ਅਸੀਂ ਆ ਕੇ ਆਪਣੀ ਸੀਟ ਦੇ ਉੱਪਰ ਬੈਠਦੇ ਹਾਂ, ਮਦਦ ਸਾਡੇ ਕੋਲ ਆਉਂਦੀਆਂ ਨੇਗੀਆਂ, ਸਾਡਾ ਖੁਦ ਦਾ ਹੀ ਮਨ ਪਸੀਜਿਆ ਜਾਂਦਾ, ਖੁਦ ਹੀ ਅਸੀਂ ਰੋਣ ਲੱਗ ਜਾਂਦੇ ਹਾਂ ਜਦੋਂ ਕਹਿੰਦੇ ਨੇ ਕਿ ਸਾਡੇ ਬੱਚੇ ਨੂੰ ਕੋਈ ਜ਼ਹਿਰ ਦਾ ਟੀਕਾ ਲਗਾ ਦਿਓ, ਇਹ ਘਰ ਹੀ ਨਾ ਆਵੇ, ਇਹਨੂੰ ਕਿਸੇ ਤਰੀਕੇ ਇੱਥੇ ਰੱਖ ਲਓ, ਇਹਦਾ ਇਲਾਜ ਕਰੋ। ਕਿਉਂਕਿ ਅੱਜ ਕੱਲ੍ਹ ਦੇ ਜਿਹੜੇ ਨਸ਼ੇ ਨੇ ਇੱਦਾਂ ਦੇ ਨਸ਼ੇ ਆ ਗਏ, ਸਮੈਕ, ਚਿੱਟਾ, ਉਸਦੇ ਇੰਜੈਕਸ਼ਨ ਅਤੇ ਹੋਰ ਕਈ ਤਰ੍ਹਾਂ ਦੇ ਇਹੋ ਜਿਹੇ ਨਸ਼ੇ, ਸੁਲਫਾ, ਭੰਗ। ਸੋ ਜਿਹੜੇ ਇਹਨਾਂ ਨੂੰ ਦਿਮਾਗ ਉਹਨੂੰ ਸਤੋਲਨ ਜਿਹੜਾ ਬਿਲਕੁਲ ਹੀ ਵਿਗਾੜ ਦਿੱਤਾ ਅਤੇ ਇੱਕ ਇਹਨਾਂ ਦੀ ਉਮਰ ਜਿਹੜੀ ਹੈ 13 ਸਾਲ ਤੋਂ ਲੈ ਕੇ 30 ਸਾਲ ਤੱਕ ਦੀ ਸਿਮਟ ਕੇ ਰਹਿ ਗਈ ਹੈ ਅਤੇ ਇਹ ਬੱਚੇ ਹੀ ਹੁਣ ਆਉਂਦੇ ਨੇ। ਹੁਣ ਜਿਹੜੇ 45 ਤੋਂ 60-65 ਸਾਲ ਦੇ ਲੋਕ ਸੀ ਉਹ ਤਾਂ ਵਿਚਾਰੇ ਇਹਨਾਂ ਬੱਚਿਆਂ ਨੂੰ ਸੰਭਾਲਣ ਦੇ ਵਿੱਚ ਹੀ ਲੱਗ ਗਏ। ਹੁਣ ਜਿਹੜੇ ਸਾਡੇ ਕੋਲ ਨਸ਼ਾ ਛੱਡਣ ਦੇ ਲਈ ਆਉਂਦੇ ਨੇ, ਕੋਈ ਵੀ ਬੈਚ ਆਵੇ, ਕੋਈ ਵੀ ਆਵੇ, 13 ਸਾਲ ਤੋਂ 30 ਸਾਲ ਤੱਕ ਹੀ ਸਿਮਟ ਕੇ ਰਹਿ ਗਏ। ਅਤੇ ਮਤਲਬ ਜਿਹੜਾ ਨਸ਼ਾ ਜਿਹੜਾ ਹੈਗਾ ਜ਼ਿਆਦਾ ਤੁਹਾਡੇ ਹਿਸਾਬ ਨਾਲ ਕਿ ਚਿੱਟਾ ਇਹਦਾ ਔਰ ਜਿਹੜਾ ਇੰਜੈਕਸ਼ਨ ਲਗਾਇਆ ਜਾਂਦਾ ਇਹੀ ਉਮਰ ਦੇ ਵਿੱਚ ਸ਼ੁਰੂ ਹੋ ਜਾਂਦਾ 13 ਸਾਲ ਦੀ ਉਮਰ? ਬਿਲਕੁਲ ਜੀ, ਸਾਡੇ ਕੋਲ ਜਿਹੜੇ ਹੁਣ ਆ ਰਹੇ ਨੇਗੇ 13 ਸਾਲ ਤੋਂ ਲੈ ਕੇ 30 ਸਾਲ ਹੀ ਤੱਕ ਦੇ ਆਉਂਦੇ ਨੇ ਤਾਂ ਉਹ ਬੱਚੇ ਦੱਸਦੇ ਨੇ ਕਿ ਇੰਜੈਕਸ਼ਨ ਲਗਾ ਰਹੇ ਹਾਂ, ਸਮੈਕ ਲੈ ਰਹੇ ਹਾਂ ਜਾਂ ਉਹ ਲਿਕੁਇਡ ਪੀ ਰਹੇ ਹਾਂ। ਸੋ ਇੱਦਾਂ ਹੈ ਕਿ ਬੱਚੇ ਨਸ਼ੇ ਦੇ ਆਦੀ ਹੋ ਗਏ, ਸਮੈਕ ਚਿੱਟੇ ਦੇ। ਸਭ ਤੋਂ ਵੱਡੀ ਗੱਲ ਇਹ ਹੈ ਇਹ ਬੱਚੇ ਅਵੇਅਰ ਨਹੀਂ ਹੈਗੇ। ਜੇਕਰ ਇਹ ਚਿੱਟੇ ਦੇ ਇੰਜੈਕਸ਼ਨ ਲਗਾ ਰਹੇ ਨੇ ਤਾਂ ਇੱਕ ਗਰੁੱਪ ਦੇ ਵਿੱਚ ਬੈਠ ਕੇ ਲਗਾ ਰਹੇ ਨੇ, ਇੱਕ ਨੇ ਲਗਾਇਆ ਤਾਂ 10 ਬੱਚਿਆਂ ਨੇ ਲਗਾ ਲਿਆ, ਤਾਂ ਉਹ 10 ਬੱਚਿਆਂ ਨੂੰ HCV ਦੀ ਬਿਮਾਰੀ, ਕਾਲੇ ਪੀਲੀਏ ਦੀ ਜਾਂ HIV, ਅਤੇ ਉਹ ਪਿੰਡਾਂ ਰਹੇ ਨੇ ਤਾਂ ਇੱਕ ਗਰੁੱਪ ਦੇ ਵਿੱਚ ਬੈਠ ਕੇ ਲਗਾ ਰਹੇ ਨੇ, ਇੱਕ ਨੇ ਲਗਾਇਆ ਤਾਂ 10 ਬੱਚਿਆਂ ਨੇ ਲਗਾ ਲਿਆ, ਤਾਂ ਉਹ 10 ਬੱਚਿਆਂ ਨੂੰ HCV ਦੀ ਬਿਮਾਰੀ, ਕਾਲੇ ਪੀਲੀਏ ਦੀ ਜਾਂ HIV, ਅਤੇ ਉਹ ਪਿੰਡਾਂ ਦੇ ਪਿੰਡ ਜਿਹੜੇ ਨੇ ਕਈ ਪੋਜ਼ਿਟਿਵ ਹੋ ਜਾਂਦੇ ਨੇ, ਉਹ ਗਰੁੱਪ ਦੇ ਗਰੁੱਪ ਪੋਜ਼ਿਟਿਵ ਹੋ ਜਾਂਦੇ ਨੇ। ਅੱਜ ਵੀ ਸਾਡੇ ਕੋਲ ਨਸ਼ਾ ਮੁਕਤੀ ਕੇਂਦਰ ਦੇ ਵਿੱਚ ਇੱਕ ਮਰੀਜ਼ ਆਇਆ ਤਾਂ ਉਹਦਾ ਜਦੋਂ ਅਸੀਂ ਟੈਸਟ ਕਰਵਾਇਆ ਤਾਂ HCV ਪੋਜ਼ਿਟਿਵ ਆਇਆ ਅਤੇ HIV ਵੀ ਪੋਜ਼ਿਟਿਵ ਆਇਆ। ਉੱਪਰੋਂ ਉਹ ਜਿਹੜਾ ਸੀ ਮੈਰਿਡ ਸੀਗਾ, 2 ਮਹੀਨੇ ਉਹਦੀ ਮੈਰਿਜ ਨੂੰ ਹੋਏ ਸੀਗੇ, ਤਾਂ ਉਹ ਪੇਰੈਂਟਸ ਖੁਦ ਕਹਿੰਦੇ ਨੇ ਕਿ ਅਸੀਂ ਆਪਣੀ ਨੂੰਹ ਨੂੰ ਵੀ ਨਹੀਂ ਦੱਸਣਾ ਹੈਗਾ, ਉਹ ਬੱਚੇ ਕਹਿੰਦੇ ਮੈਂ ਆਪਣੀ ਵਾਈਫ ਨੂੰ ਵੀ ਨਹੀਂ ਦੱਸਣਾ ਕਿ ਇਹ ਪੋਜ਼ਿਟਿਵ ਆਇਆ HIV ਤੋਂ। ਸੋ ਇੱਦਾਂ ਸਾਡੀਆਂ ਬੱਚੀਆਂ ਦੀ ਵੀ ਕਾਫੀ ਜ਼ਿੰਦਗੀ ਬਰਬਾਦ ਹੋ ਰਹੀ ਆ ਕਿ ਉਹਨਾਂ ਨੂੰ ਇਹ ਚੀਜ਼ਾਂ ਦਾ ਪਤਾ ਹੀ ਨਹੀਂ ਹੈ ਕਿ ਉਹ HCV ਅਤੇ HIV ਦਾ ਵੀ ਸ਼ਿਕਾਰ ਨੇਗੇ। ਸੋ ਇਹ ਵੀ ਮੈਂ ਲੜ ਬੱਚੇ ਜੇ ਕੋਈ ਸੁਣਦੇ ਨੇ ਜਾਂ ਇਹ ਚੀਜ਼ ਨੂੰ ਵੇਖਦੇ ਨੇ ਸਾਡੀ ਇਸ ਇੰਟਰਵਿਊ ਦੇ ਵਿੱਚ, ਤਾਂ ਉਹਨਾਂ ਨੂੰ ਇਹੀ ਸੁਨੇਹਾ ਬਹੁਤ ਜ਼ਰੂਰੀ ਹੈ ਕਿ ਜੇਕਰ ਉਹ ਇੰਜੈਕਸ਼ਨ ਲਗਾਉਂਦੇ ਵੀ ਨੇ, ਘੱਟੋ ਘੱਟ ਜਿਹੜੀ ਸਰਿੰਜ ਹੈ ਉਹ ਆਪਣੀ ਹੀ ਯੂਜ਼ ਕੀਤੀ ਜਾਵੇ, ਬਾਕੀ ਬੱਚਿਆਂ ਦੀ ਜਿਹੜੀ ਹੈ ਵਰਤੀ ਹੋਈ ਸਿੰਜ ਦੇ ਨਾਲ ਕਦੇ ਵੀ ਨਸ਼ਿਆਂ ਦਾ ਉਪਯੋਗ ਨਾ ਕੀਤਾ ਜਾਵੇ। ਨਸ਼ੇ ਹੈ ਤਾਂ ਬਹੁਤ ਹੀ ਖਤਰਨਾਕ ਨੇ, ਕੋਈ ਵੀ ਨਸ਼ਾ ਹੈ ਜਿਹੜਾ ਸਾਡੇ ਦਿਮਾਗੀ ਸੰਤੁਲਨ ਨੂੰ ਵਿਗਾੜਦਾ ਤਾਂ ਉਹਦੇ ਨਾਲ ਕੀ ਹੈਗਾ, ਸਾਡੇ ਪਰਿਵਾਰ ਹੈ, ਅਸੀਂ ਸਰਕਾਰਾਂ ਨੂੰ ਦੋਸ਼ ਦਿੰਦੇ ਹਾਂ ਕਿ ਸਰਕਾਰਾਂ ਨਸ਼ੇ ਲਗਾਉਂਦੀਆਂ ਨੇ, ਪਰ ਜੇਕਰ ਪਰਿਵਾਰ ਦੇ ਵਿੱਚ ਇੱਕ ਮਦਰ ਆਪਣੇ ਬੱਚੇ ਦਾ ਪਾਲਣ ਪੋਸ਼ਣ ਕਰ ਰਹੀ ਹੈ, ਉਹਨਾਂ ਨੂੰ ਦੇਖ ਰਹੀ ਹੈ ਬੱਚਾ ਕਿੱਥੇ ਜਾ ਰਿਹਾ, ਕਿੱਥੇ ਆ ਰਿਹਾ, ਬਾਥਰੂਮ ਦੇ ਵਿੱਚ ਜ਼ਿਆਦਾ ਸਮਾਂ ਲਗਾ ਰਿਹਾ, ਉਸਦੇ ਕਮਰੇ ਵਿੱਚੋਂ ਕਿਸ ਤਰ੍ਹਾਂ ਦੇ ਚੀਜ਼ਾਂ ਮਿਲ ਰਹੀਆਂ ਨੇ, ਉਹਨਾਂ ਦੀ ਸੁਸਾਇਟੀ ਕਿੱਦਾਂ ਦੀ ਹੈ, ਦੋਸਤ ਕਿੱਦਾਂ ਦੇ ਨੇ, ਉਹ ਰਾਤ ਨੂੰ ਕਿੰਨੇ ਵਜੇ ਆ ਰਿਹਾ ਅਤੇ ਕੀ ਉਹ ਪੈਸਿਆਂ ਦੀ ਕਿੰਨੀ ਕੁ ਡਿਮਾਂਡ ਕਰ ਰਿਹਾ। ਮਾਂ ਪਿਓ ਨੂੰ ਜਿਹੜਾ ਹੈਗਾ ਇਹ ਚੀਜ਼ ਦੇਖ ਥੋੜ੍ਹਾ ਦੇਖਣਾ ਚਾਹੀਦਾ ਨਾ ਇਹ ਮਾਂ ਪਿਓ ਨੂੰ, ਮਤਲਬ ਕਿ ਕਿਸ ਤਰ੍ਹਾਂ ਕਿ ਬਾਥਰੂਮ ਦੇ ਵਿੱਚ ਵਾਸ਼ਰੂਮ ਅਕਸਰ ਦੇਖਿਆ ਜਾਂਦਾ ਕਿ ਟਾਈਮ ਲਗਾਉਂਦੇ ਹੈਗੇ ਆ, ਤਾਂ ਮੈਮ ਤੁਸੀਂ ਕੌਂਸਲਿੰਗ ਕਰਦੇ ਹੈਗੇ ਹੋ ਲਗਾਤਾਰ ਬੱਚਿਆਂ ਦੇ ਨਾਲ ਵੀ, ਕੌਂਸਲਿੰਗ ਹੁੰਦੀ ਹੈ ਤੁਹਾਡੀ ਜਿਵੇਂ ਤੁਸੀਂ ਛੋਟੀ ਉਮਰ ਦੱਸੀ ਹੈ ਕਿ 13 ਸਾਲ ਤੋਂ ਲੈ ਕੇ ਜਿਹੜੇ ਬੱਚੇ ਸ਼ੁਰੂ ਹੋ ਜਾਂਦੇ, ਤਾਂ ਕੌਂਸਲਿੰਗ 'ਚ ਬੱਚੇ ਕੀ ਦੱਸਦੇ ਹੈਗੇ, ਕਿੱਥੋਂ ਨਸ਼ਾ ਉਹਨਾਂ ਨੂੰ ਫਿਰ ਮਿਲ ਜਾਂਦਾ ਹੈਗਾ ਇੰਨੀ ਆਸਾਨੀ ਦੇ ਨਾਲ? ਦੇਖੋ ਜੀ, ਨਸ਼ਾ ਜਿਹੜਾ ਹੈਗਾ ਮਿਲਦਾ ਹੈ ਜ਼ਰੂਰ, ਪਰ ਜੇ ਕਿਧਰੇ ਇਹਨੂੰ ਅਸੀਂ ਕੰਪਲੇਂਟ ਵੀ 1-2 ਵਾਰ ਕੀਤੀ ਹੈ ਅਤੇ ਅੱਗੋਂ ਕੰਪਲੇਂਟ 'ਤੇ ਅਸਰ ਵੀ ਹੋਇਆ, ਪੁਲਿਸ ਪ੍ਰਸ਼ਾਸਨ ਜਾਂ ਕੋਈ ਵੀ ਸਹਿਯੋਗੀ ਗਏ ਵੀ ਨੇ ਉੱਥੇ, ਪਰ ਉੱਥੇ ਜਿਹੜੇ ਫਿਰ ਉਸ ਟਾਈਮ 'ਤੇ ਬਹੁਤ ਘੱਟ ਮਾਤਰਾ ਦੇ ਵਿੱਚ ਨਸ਼ਾ ਮਿਲਦਾ। ਸੋ ਨਸ਼ਾ ਮਿਲਦਾ ਇਹ ਲੋਕਾਂ ਦੀ ਆਪਣੀ ਕੋਈ ਪ੍ਰਕਿਰਿਆ ਜਾਂ ਆਪਣੇ ਤਰੀਕੇ ਨਾਲ ਇਹ ਨਸ਼ਾ ਵੇਚਦੇ ਨੇਗੇ, ਪਰ ਮਿਲ ਆਸਾਨੀ ਨਾਲ ਜਾਂਦਾ ਇਹਨਾਂ ਬੱਚਿਆਂ ਨੂੰ।
ਤੇ ਜਿਹੜੇ ਨਸ਼ਾ ਕਰ ਰਹੇ ਨੇ ਜਿਹੜਾ ਹੈਗਾ ਨਸ਼ਾ ਛਡਾਓ ਗੋਲੀ ਮਿਲਦੀ ਹੈਗੀ ਹੈ ਜਿਹੜੀ ਆਮ ਅਕਸਰ ਦੇਖਦੇ ਹਾਂ ਆਪਾਂ ਉਹਦਾ ਕੀ ਰੀਜ਼ਨ ਹੈਗਾ ਉਹਦੇ ਨਾਲ ਵੀ ਨਸ਼ਾ ਛੱਡਿਆ ਜਾ ਸਕਦਾ ਹੈਗਾ ਹਾਂਜੀ ਉਹ ਜਿਹੜਾ ਹੈਗਾ ਜਿੰਨੇ ਵੀ ਓਪੀਅਡ ਦੇ ਕੇਸ ਨੇਗੇ ਉਹਨਾਂ ਨੂੰ ਉਹ ਦਵਾਈ ਜਿਹੜੀ ਹੈ ਪੰਜਾਬ ਸਰਕਾਰ ਨੇ ਕਾਫੀ ਓਟ ਸੈਂਟਰ ਖੋਲ੍ਹੇ ਨੇਗੇ ਓਟ ਸੈਂਟਰਾਂ ਦੇ ਵਿੱਚ ਉਹ ਦਵਾਈ ਦਿੱਤੀ ਜਾਂਦੀ ਹੈ ਜਿੰਨੇ ਵੀ ਪੇਸ਼ੈਂਟ ਨੇ ਉਹਨਾਂ ਦਾ ਚੈੱਕਅਪ ਕਰਕੇ ਡਾਕਟਰ ਸਾਈਕੇਟਰਿਸਟ ਦੁਆਰਾ ਉਹ ਮੈਡੀਸਨ ਜਿਹੜੀ ਲਿਖੀ ਜਾਂਦੀ ਹੈ ਅਤੇ ਬੱਚੇ ਜਿਹੜੇ ਨੇ ਉਹ ਮੈਡੀਸਨ ਲੈ ਕੇ ਜਾਂਦੇ ਨੇ ਅਤੇ ਕੁਛ ਉਹਦੇ ਵਿੱਚੋਂ ਠੀਕ ਨੇਗੇ ਨਸ਼ਾ ਮੁਕਤ ਹੋ ਰਹੇ ਨੇ ਨਸ਼ਾ ਮੁਕਤ ਨਹੀਂ ਉਹਨੂੰ ਕਹਿ ਸਕਦੇ ਕਿ ਉਹ ਟੈਬਲੇਟ ਡੇਲੀ ਲੈ ਕੇ ਜਾ ਰਹੇ ਨੇ ਹੋਰ ਨਸ਼ਿਆਂ ਦਾ ਸੇਵਨ ਨਹੀਂ ਕਰ ਰਹੇ ਪਰ ਕੁਛ ਇਹੋ ਜਿਹੇ ਨੇ ਜਿਹੜੇ ਉਸਦੀ ਨਜਾਇਜ਼ ਵਰਤੋਂ ਕਰ ਰਹੇ ਨੇ ਜਿਸ ਤਰ੍ਹਾਂ ਉਹ ਮੈਡੀਸਨ 14 ਦਿਨ ਦੀ ਲੈ ਗਏ ਹਫ਼ਤੇ ਦੀ ਲੈ ਗਏ ਡਾਕਟਰ ਦੇ ਲਿਖਣ ਅਨੁਸਾਰ ਉਸ ਮੈਡੀਸਨ ਨੂੰ 2 ਦਿਨਾਂ ਦੇ ਵਿੱਚ ਹੀ ਖਤਮ ਕਰ ਲਿਆ ਗਿਆ ਅਤੇ ਉਸ ਤੋਂ ਬਾਅਦ ਨਸ਼ੇ ਕਰਨੇ ਸ਼ੁਰੂ ਕਰ ਦਿੱਤੇ ਫਿਰ ਓਟ ਸੈਂਟਰਾਂ ਵਿੱਚ ਆ ਗਏ ਸੋ ਪੋਜ਼ੀਟਿਵ ਨੈਗੇਟਿਵ ਦੋਨੋਂ ਹੀ ਰਿਜ਼ਲਟ ਨੇਗੇ ਮੈਡਮ ਇੱਕ ਲਾਸਟ ਮੇਰਾ ਕੁਐਸਚਨ ਇਹੀ ਰਹੂਗਾ ਕਿ ਅਕਸਰ ਦੇਖਿਆ ਜਾਂਦਾ ਆਪਾਂ ਕਹਿੰਦੇ ਕਿ ਅਫੀਮ ਤੇ ਜਿਹੜੀ ਹੈਗੀ ਹੈ ਭੁੱਕੀ ਦਾ ਨਸ਼ਾ ਜਿਹੜਾ ਸੀਗਾ ਇੱਕ ਉਹ ਸ਼ਾਹੀ ਨਸ਼ਾ ਮੰਨਿਆ ਜਾਂਦਾ ਹੈਗਾ ਕਿ ਜਦੋਂ ਸਮੈਕ ਤੇ ਜਿਹੜਾ ਇਹ ਚਿੱਟੇ ਦਾ ਨਸ਼ਾ ਹੈਗਾ ਇਹ ਜ਼ਿਆਦਾ ਖਤਰਨਾਕ ਹੈਗਾ ਤੁਸੀਂ ਕਿਵੇਂ ਸਮਝਦੇ ਹੋ ਦੋਨਾਂ ਦੇ ਵਿੱਚੋਂ ਐਕਚੁਅਲੀ ਇਹ ਹੈ ਜੀ ਜਿਹੜਾ ਭੁੱਕੀ ਦਾ ਅਤੇ ਅਫੀਮ ਦਾ ਨਸ਼ਾ ਇਹ ਕਦੇ ਵੀ ਜਿਹੜਾ ਅਸੀਂ ਨੇ ਆਪਣੇ ਉਹਦੇ ਵਿੱਚ ਨਸ਼ਾ ਮੁਕਤੀ ਕੇਂਦਰਾਂ ਦੇ ਵਿੱਚ ਦੇਖਿਆ ਬੱਚੇ ਜਿਹੜੇ ਨੇ ਯੂਥ ਜਿਹੜੀ ਹੈ ਉਹ ਇਹ ਨਸ਼ੇ ਨੂੰ ਨਹੀਂ ਅਪਣਾਉਂਦੇ ਹੈਗੇ ਉਹ ਜਿਹੜਾ ਸਮੈਕ ਅਤੇ ਚਿੱਟੇ ਨੂੰ ਅਪਣਾਉਂਦੇ ਹੈ ਕਿਉਂ ਕਿਉਂਕਿ ਉਹ ਦਿਮਾਗ ਨੂੰ ਸਿੱਧਾ ਅਫੈਕਟ ਕਰਦਾ ਅਤੇ ਉਹ ਜਲਦੀ ਉਹਨਾਂ ਨੂੰ ਉਹ ਚੀਜ਼ ਜੋ ਚਾਹੁੰਦੇ ਹੁੰਦੇ ਨੇ ਉਹ ਜਲਦੀ ਸਮੈਕ ਚਿੱਟੇ ਤੋਂ ਉਹਨਾਂ ਨੂੰ ਮਿਲ ਜਾਂਦੀ ਹੈ ਪਰ ਅਫੀਮ ਅਤੇ ਭੁੱਕੀ ਜਿਹੜਾ ਉਹ ਬਹੁਤ ਸਲੋ ਇੱਕ ਨਸ਼ਾ ਹੈ ਜਿਹੜਾ ਉਹਨਾਂ ਦੇ ਦਿਮਾਗਾਂ ਨੂੰ ਟਾਈਮ ਨਾਲ ਉਹ ਕਰਦਾ ਅਤੇ ਇਹ ਜਿਹੜਾ ਹੈ ਉਹਨਾਂ ਨੂੰ ਜਲਦੀ ਅਤੇ ਜ਼ਿਆਦਾ ਨਸ਼ਾ ਕਰਦਾ ਹੈਗਾ ਸੋ ਇਸ ਲਈ ਜਿਹੜੀ ਅੱਜ ਕੱਲ੍ਹ ਦੀ ਜਵਾਨੀ ਸਾਡੀ ਜਿਹੜੀ ਹੈ ਉਹ ਇਹਨਾਂ ਨਸ਼ਿਆਂ ਦੇ ਵੱਲ ਜ਼ਿਆਦਾ ਪ੍ਰਭਾਵਿਤ ਹੋ ਰਹੀ ਹੈ ਮੈਮ ਤੁਹਾਨੂੰ ਕੀ ਲੱਗਦਾ ਕਿ ਸਰਕਾਰਾਂ ਨੂੰ ਜਿਹੜਾ ਇਸ 'ਤੇ ਠੱਲ ਨਹੀਂ ਪੈ ਰਹੀ ਨਹੀਂ ਦੇਖੋ ਸਰਕਾਰਾਂ ਵੱਲੋਂ ਹਮੇਸ਼ਾ ਹੀ ਉਪਰਾਲੇ ਕੀਤੇ ਜਾ ਰਹੇ ਨੇ ਅਤੇ ਠੱਲ ਵੀ ਪਾਈ ਜਾ ਰਹੀ ਆ ਅਤੇ ਕੋਈ ਸਮਾਂ ਸੀਗਾ ਨਸ਼ਾ ਮੁਕਤੀ ਕੇਂਦਰਾਂ ਦੇ ਵਿੱਚ ਬੱਚੇ ਨਹੀਂ ਸੀ ਆਉਂਦੇ ਹੁਣ ਆ ਰਹੇ ਨੇ ਅਤੇ ਆਪਣਾ ਇਲਾਜ ਕਰਵਾ ਰਹੇ ਨੇ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਅਵੇਅਰਨੈਸ 'ਚ ਵੀ ਵਾਧਾ ਕੀਤਾ ਗਿਆ ਅਤੇ ਉਹਨਾਂ ਨੂੰ ਨਸ਼ਿਆਂ ਦੀਆਂ ਬੁਰਾਈਆਂ ਬਾਰੇ ਵੀ ਦੱਸਿਆ ਜਾ ਰਿਹਾ ਤਾਂ ਜੋ ਜਿਹੜੇ ਲੱਗ ਚੁੱਕੇ ਉਹਨਾਂ ਨੂੰ ਨਸ਼ਾ ਮੁਕਤੀ ਕੇਂਦਰਾਂ ਦੇ ਵਿੱਚ ਇਲਾਜ ਕੀਤੇ ਜਾਣ ਅਤੇ ਨਵੇਂ ਬੱਚਿਆਂ ਨੂੰ ਬਚਾਇਆ ਜਾ ਸਕੇ ਅਤੇ ਉਹਨਾਂ ਨੂੰ ਨਸ਼ੇ ਦੇ ਮਾੜੇ ਪ੍ਰਭਾਵ ਦੱਸ ਕੇ ਮੈਂ ਮਾਂ ਪਿਓ ਦੀ ਜ਼ਿੰਮੇਵਾਰੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਜਿਹੜੇ ਬੱਚੇ ਨਸ਼ਿਆਂ 'ਚ ਪੈ ਜਾਂਦੇ ਹੈਗੇ ਤਾਂ ਮਾਂ ਪਿਓ ਨੂੰ ਕਿਹੜੇ ਇਹੋ ਜਿਹੇ ਕਦਮ ਚੱਕਣੇ ਚਾਹੀਦੇ ਕਿ ਜਿਹੜਾ ਬੱਚਾ ਉਹ ਗਲਤ ਪਾਸੇ ਨਾ ਜਾ ਸਕੇ ਬਿਲਕੁਲ ਜੀ ਆਪਾਂ ਸਰਕਾਰਾਂ ਦੀ ਬਜਾਏ ਜੇਕਰ ਸਭ ਤੋਂ ਵੱਡੀ ਜ਼ਿੰਮੇਵਾਰੀ ਜਿਹੜੀ ਪੇਰੈਂਟਸ ਦੀ ਬਣਦੀ ਹੈ ਕਿਉਂ ਕਿਉਂਕਿ ਇੱਕ ਪਰਿਵਾਰ ਦੇ ਵਿੱਚੋਂ ਜੇਕਰ ਬੱਚਾ ਸਾਡਾ ਅਲੱਗ ਹੁੰਦਾ ਉਹ ਨਸ਼ਿਆਂ ਦੀ ਸੁਸਾਇਟੀ ਵਿੱਚ ਜਾਂਦਾ ਕਿਤੇ ਨਾ ਕਿਤੇ ਅਸੀਂ ਜਿਹੜੇ ਇਸ ਚੀਜ਼ ਦੇ ਦੋਸ਼ੀ ਹਾਂ ਕਿਉਂ ਕਿਉਂਕਿ ਮਦਰ ਨੂੰ ਜੇਕਰ ਪਤਾ ਵੀ ਲੱਗ ਜਾਂਦਾ ਕਿ ਸਾਡਾ ਬੱਚਾ ਕਿਸੇ ਤਰ੍ਹਾਂ ਦਾ ਨਸ਼ਾ ਕਰਦਾ ਤਾਂ ਉਹ ਲੋਕਾਂ ਨੂੰ ਆਪਣੇ ਦੱਸਣ ਦੇ ਵਿੱਚ ਆਪਣੀ ਬੇਇੱਜ਼ਤੀ ਸਮਝਦੇ ਨੇ ਜਾਂ ਉਹ ਚੀਜ਼ ਨੂੰ ਲੁਕਾਉਂਦੇ ਨੇ ਉਸ ਸਮੇਂ ਤੱਕ ਉਹ ਜਿਹੜਾ ਜ਼ਿਆਦਾ ਨਸ਼ੇ ਦਾ ਆਦੀ ਹੋ ਜਾਂਦਾ ਅਤੇ ਮਦਰ ਨੂੰ ਹਮੇਸ਼ਾ ਮੈਂ ਇਹੀ ਬੇਨਤੀ ਕਰਦੀ ਹਾਂ ਕਿ ਜੇਕਰ ਉਹ ਕਿਸੇ ਦੇ ਬਾਥਰੂਮਾਂ ਦੇ ਵਿੱਚ ਬੱਚਿਆਂ ਦੇ ਕਮਰੇ ਦੇ ਵਿੱਚ ਉਹ ਜੇਕਰ ਕੋਈ ਚੀਜ਼ ਮਿਲਦੀ ਹੈ ਤਾਂ ਉਹਨੂੰ ਕੌਂਸਲਿੰਗ ਦੇ ਲਈ ਕੌਂਸਲਰ ਕੋਲ ਜਾਣਾ ਚਾਹੀਦਾ ਟ੍ਰੀਟਮੈਂਟ ਲਈ ਨਸ਼ਾ ਮੁਕਤੀ ਕੇਂਦਰਾਂ ਵਿੱਚ ਜਾਣਾ ਚਾਹੀਦਾ ਇਸ ਚੀਜ਼ ਨੂੰ ਕਦੇ ਵੀ ਲੁਕਾਉਣਾ ਨਹੀਂ ਚਾਹੀਦਾ ਅਤੇ ਹਰ ਇੱਕ ਨੂੰ ਇਸ ਚੀਜ਼ ਲਈ ਅਲਰਟ ਰਹਿਣਾ ਚਾਹੀਦਾ ਕਿ ਸਾਡਾ ਬੱਚਾ ਕੀ ਕਰ ਰਿਹਾ ਉਹ ਇੰਨਾ ਸਮਾਂ ਵਾਸ਼ਰੂਮ 'ਚ ਕਿਉਂ ਲਗਾ ਰਿਹਾ ਦੋਸਤਾਂ ਦੇ ਨਾਲ ਕਿਉਂ ਮਾੜੀ ਸੰਗਤ ਦੇ ਵਿੱਚ ਪੈ ਰਿਹਾ ਅਤੇ ਉਹਦਾ ਫੇਸ ਰੀਡਿੰਗ ਦੀ ਨੋਟ ਕਰਨੀ ਚਾਹੀਦੀ ਹੈ ਪੜ੍ਹਾਈ ਦੇ ਵਿੱਚ ਪਿੱਛੇ ਕਿਉਂ ਜਾ ਰਿਹਾ ਖਰਚਾ ਦਾ ਉਹਦਾ ਹਿਸਾਬ ਰੱਖਣਾ ਚਾਹੀਦਾ ਸੋ ਬੜੀ ਜਲਦੀ ਇਹ ਸਿਮਟਮ ਨੂੰ ਜਿਹੜਾ ਕਿੰਨੇ ਟਾਈਮ ਜਿਹੜਾ ਹੈਗਾ ਤੁਸੀਂ ਆਪਣੇ ਉਰੇ ਸੈਂਟਰ ਦੇ ਵਿੱਚ ਰੱਖਦੇ ਹੋ ਕਿ ਜਿਵੇਂ ਕੋਈ ਨਸ਼ਾ ਆਉਂਦਾ ਮੁੰਡਾ ਕਰਦਾ ਸਾਡੇ ਕੋਲ ਜੀ 2 ਮਹੀਨੇ ਦਾ ਜਿਹੜਾ ਹੈ ਟ੍ਰੀਟਮੈਂਟ ਹੈਗਾ ਪੇਸ਼ੈਂਟ ਨੂੰ ਅਸੀਂ ਇੱਥੇ ਦਾਖਲ ਕਰਦੇ ਹਾਂ ਅਸੈਸਮੈਂਟ ਤਿਆਰ ਕਰਦੇ ਹਾਂ ਮੈਡੀਕਲ ਅਫਸਰ ਦੁਆਰਾ ਮੈਡੀਸਨ ਲਿਖੀਆਂ ਜਾਂਦੀਆਂ ਨੇਗੀਆਂ ਉਸ ਤੋਂ ਬਾਅਦ ਮੇਰਨਸ ਫਾਰਮਾਸਿਸਟ ਦੁਆਰਾ ਦਵਾਈਆਂ ਦਿੱਤੀਆਂ ਜਾਂਦੀਆਂ ਨੇ ਕੌਂਸਲਰ ਦੁਆਰਾ ਉਹਨਾਂ ਦੀ ਟਾਈਮ ਟੂ ਟਾਈਮ ਇੰਡੀਵਿਜੁਅਲ ਫੈਮਿਲੀ ਗਰੁੱਪ ਕੌਂਸਲਿੰਗ ਕੀਤੀ ਜਾਂਦੀ ਹੈ ਉਹਨਾਂ ਨੂੰ ਬਿਜ਼ੀ ਜ਼ਿੰਮਿਆਂ ਦੇ ਵਿੱਚ ਰੱਖ ਕੇ ਉਹਨਾਂ ਦਾ ਇਲਾਜ ਕੀਤਾ ਜਾਂਦਾ ਜਿੱਥੇ ਉਹਨਾਂ ਨੂੰ ਸਵੇਰੇ ਪਾਠ ਕਰਵਾਇਆ ਜਾਂਦਾ ਹੈ ਯੋਗਾ ਕਰਵਾਈ ਜਾਂਦੀ ਹੈ ਮਿਊਜ਼ਿਕ ਰੂਮ ਦੇ ਵਿੱਚ ਮਿਊਜ਼ਿਕ ਥੈਰੇਪੀ ਕਰਵਾਈ ਜਾਂਦੀਆਂ ਨੇ ਥੈਰੇਪੀ ਹੋਰ ਰੂਮ ਦੇ ਵਿੱਚ ਥੈਰੇਪੀ ਦਿੱਤੀਆਂ ਜਾਂਦੀਆਂ ਨੇ ਇਨਡੋਰ ਆਊਟਡੋਰ ਗੇਮਸ ਕਰਵਾਈਆਂ ਜਾਂਦੀਆਂ ਨੇ ਅਵੇਅਰਨੈਸ ਲੈਕਚਰ ਕੀਤੇ ਜਾਂਦੇ ਨੇ ਯੋਗਾ ਮੈਡੀਟੇਸ਼ਨ ਕਰਵਾਈ ਜਾਂਦੀ ਹੈ ਇਸ ਤਰ੍ਹਾਂ ਜਿਹੜਾ ਹੈ ਉਹਨਾਂ ਨੂੰ ਮੈਡੀਸਨ ਦੇ ਕੇ ਕਿੰਨੇ ਪਰਸੈਂਟ ਮੈਡਮ ਜਿਹੜੇ ਹੈਗੇ ਨੇ ਲੋਕ ਉਦੋਂ ਠੀਕ ਹੋ ਕੇ ਜਾ ਚੁੱਕੇ ਨੇ ਹੁਣ ਤੱਕ ਹਾਂਜੀ ਜਿਹੜੇ ਫੋਲੋ ਅਪ ਅਸੀਂ 3 ਸਾਲ ਤੱਕ ਰੱਖਦੇ ਹਾਂਗੇ 3 ਸਾਲ ਦੇ ਫੋਲੋ ਦੇ ਅਪ ਦੇ ਅਕੋਰਡਿੰਗ ਸਾਡਾ ਜਿਹੜਾ ਰਿਲੈਪਸ ਡਿਸਆਰਡਰ ਬਿਮਾਰੀ ਹੈ ਇਹ ਕਿਉਂਕਿ ਬਾਰ ਬਾਰ ਉਤਪੰਨ ਹੋਣ ਵਾਲੀ ਬਿਮਾਰੀ ਹੈ ਨਸ਼ਾ ਮੁਕਤੀ ਕੇਂਦਰ ਦੇ ਵਿੱਚ ਇੱਕ ਵਾਰੀ ਜਾ ਕੇ ਕਦੇ ਵੀ ਅਸੀਂ ਨਸ਼ਾ ਮੁਕਤ ਨਹੀਂ ਹੋ ਸਕਦੇ ਸੋ ਇਹਦੇ ਲਈ ਉਹਨਾਂ ਨੂੰ ਬਾਰ ਬਾਰ ਨਸ਼ਾ ਮੁਕਤੀ ਕੇਂਦਰ 'ਚ ਆਉਣਾ ਪਊਗਾ ਕੌਂਸਲਿੰਗ ਸੈਸ਼ਨ ਲੈਣੇ ਪੈਣਗੇ
ਅਤੇ ਜਿਹੜਾ 30-35% ਜਿਹੜਾ ਸਕਸੈਸ ਰੇਸ਼ੋ ਹੈ, ਸਕਸੈਸ ਵੀ ਉਹ ਲੋਕ ਨੇ ਜਿਨ੍ਹਾਂ ਨਾਲ ਪਰਿਵਾਰ ਸਪੋਰਟ ਕਰ ਰਿਹਾ, ਸੁਸਾਇਟੀ ਸਪੋਰਟ ਕਰ ਰਹੀ ਹੈ ਅਤੇ ਉਹਨਾਂ ਦੀ ਆਪਣੀ ਵਿਲ ਪਾਵਰ ਸਟਰੋਂਗ ਹੈ, ਤਾਂ ਇਹੋ ਜਿਹੇ ਪੇਸ਼ੈਂਟ 30% ਜਿਹੜਾ ਨਸ਼ਿਆਂ ਤੋਂ ਨਿਜਾਤ ਮਿਲ ਜਾਂਦੀ ਹੈ। 65-70% ਜਿਹੜੇ ਨੇ ਰਿਲੈਪਸ ਹੋ ਜਾਂਦੇ ਨੇਗੇ ਅਤੇ ਉਹਨਾਂ ਨੂੰ ਦੁਬਾਰਾ ਨਸ਼ਾ ਮੁਕਤੀ ਕੇਂਦਰਾਂ ਵਿੱਚ ਬੁਲਾ ਕੇ ਦੁਬਾਰਾ ਉਹਨਾਂ ਦਾ ਜਿਹੜਾ ਹੈ ਦਾਖਲ ਕਰਕੇ ਕੌਂਸਲਿੰਗ ਕਰਕੇ ਉਹਨਾਂ ਦਾ ਇਲਾਜ ਕੀਤਾ ਜਾਂਦਾ। ਜਿਹੜੇ ਮੈਡਮ ਉਹ 2 ਮਹੀਨੇ ਬਾਅਦ ਚਲੇ ਜਾਂਦੇ ਹੈਗੇ, ਫਿਰ ਕੋਈ ਉਹਨਾਂ ਨੂੰ ਮੈਡੀਸਨ ਪੱਕੇ ਤੌਰ 'ਤੇ ਲਗਾਈ ਜਾਂਦੀ ਹੈਗੀ ਹੈ ਕਿ ਬਿਲਕੁਲ ਵੀ ਨਹੀਂ ਇਸ ਤਰ੍ਹਾਂ? ਨਹੀਂ ਜੀ, ਇੱਥੇ ਜਿਹੜੇ ਨਸ਼ਾ ਮੁਕਤੀ ਕੇਂਦਰਾਂ ਵਿੱਚ ਦਾਖਲ ਹੁੰਦੇ ਨੇ ਉਹਨਾਂ ਨੂੰ 15-20 ਦਿਨਾਂ ਤੱਕ ਹੀ ਮੈਡੀਸਨ ਦਿੱਤੀਆਂ ਜਾਂਦੀਆਂ ਨੇਗੀਆਂ। ਉਸ ਤੋਂ ਬਾਅਦ ਉਹਨਾਂ ਨੂੰ ਕੌਂਸਲਿੰਗ ਸੈਸ਼ਨ ਲਗਾਏ ਜਾਂਦੇ ਨੇਗੇ, ਕੋਈ ਵੀ ਮੈਡੀਸਨ ਨਹੀਂ ਦਿੱਤੀ ਜਾਂਦੀ। ਜਦੋਂ ਡਿਸਚਾਰਜ ਹੋ ਕੇ ਜਾਂਦੇ ਨੇ 3 ਸਾਲ ਤੱਕ ਉਹਨਾਂ ਦਾ ਫੋਲੋਅਪ ਕੀਤਾ ਜਾਂਦਾ ਅਤੇ ਉਹ ਫੋਲੋਅਪ ਦੇ ਦੌਰਾਨ ਜੇਕਰ ਪੇਸ਼ੈਂਟ ਰਿਲੈਪਸ ਹੈ ਤਾਂ ਉਹਨੂੰ ਦੁਬਾਰਾ ਨਸ਼ਾ ਮੁਕਤੀ ਕੇਂਦਰ ਵਿੱਚ ਲਿਆਂਦਾ ਜਾਂਦਾ, ਪਰ ਉਹਨਾਂ ਨੂੰ ਕੋਈ ਵੀ ਮੈਡੀਸਨ ਨਹੀਂ ਦਿੱਤੀ ਜਾਂਦੀ। ਨਸ਼ਾ ਛੱਡਣਾ ਜਿਹੜਾ ਬੰਦਾ ਜੇ ਚਾਹੇ ਤਾਂ ਉਹ ਛੱਡ ਸਕਦਾ? ਬਿਲਕੁਲ ਜੀ, ਸਾਡੇ ਇੱਕ ਪੰਜਾਬੀਆਂ ਦੀ ਕਹਾਵਤ ਹੈ, ਜੇਕਰ ਪੰਜਾਬੀ ਬੱਚੇ ਆਪਣੀ ਆਤਮਾ ਨੂੰ ਜਗਾਉਣ, ਝੰਜੋੜਨ, ਤਾਂ ਜ਼ਰੂਰ ਅਸੀਂ ਇਸ ਨਸ਼ਿਆਂ ਤੋਂ ਜਿਹੜਾ ਨਿਜਾਤ ਪਾ ਸਕਦੇ ਹਾਂ, ਨਸ਼ਾ ਮੁਕਤ ਹੋ ਸਕਦੇ ਹਾਂ, ਪੰਜਾਬ ਨੂੰ ਇੱਕ ਰੰਗਲਾ ਪੰਜਾਬ ਬਣਾ ਸਕਦੇ ਹਾਂ। ਇਹਦੇ ਲਈ ਜ਼ਰੂਰਤ ਹੈ ਪੇਰੈਂਟਸ ਨੂੰ ਅੱਗੇ ਆਉਣ ਦੀ, ਟੀਚਰਸ ਨੂੰ ਅੱਗੇ ਆਉਣ ਦੀ, ਪਿੰਡਾਂ ਦੇ ਵਿੱਚ ਪੰਚਾਂ ਸਰਪੰਚਾਂ ਨੂੰ ਅੱਗੇ ਆਉਣ ਦੀ, ਅਤੇ ਜਿਹੜੀ ਸਾਡੀ ਜਵਾਨੀ ਇਹਨਾਂ ਨਸ਼ਿਆਂ ਤੋਂ ਬਚੀ ਹੋਈ ਹੈ ਉਹਨਾਂ ਨੂੰ ਅੱਗੇ ਆਉਣ ਦੀ। ਸੋ ਸਾਰੇ ਰਲ ਮਿਲ ਕੇ ਜੇਕਰ ਅਸੀਂ ਪਿੰਡਾਂ ਦੇ ਵਿੱਚ ਨਸ਼ਾ ਮੁਕਤੀ ਦੇ ਕੈਂਪ ਲਗਾਏ ਜਾਣ, ਹਰ ਪਿੰਡ ਦੇ ਵਿੱਚ ਉੱਥੇ ਇਹਨਾਂ ਦਾ ਇਲਾਜ ਕੀਤਾ ਜਾਵੇ, ਤਾਂ ਬਹੁਤ ਵਧੀਆ ਅਸੀਂ ਜਿਹੜਾ ਪੰਜਾਬ ਨੂੰ ਇੱਕ ਰੰਗਲਾ ਪੰਜਾਬ ਬਣਾ ਸਕਦੇ ਹਾਂ। ਸੋ ਇਹਦੇ ਲਈ ਸਾਡੇ ਵੱਲੋਂ ਵੀ, ਸਾਡੀ ਟੀਮ ਵੱਲੋਂ ਵੀ ਹਮੇਸ਼ਾ ਅਸੀਂ ਤਿਆਰ ਹੈ। ਜੇਕਰ ਪਿੰਡਾਂ ਦੇ ਵਿੱਚ ਜਿੰਨੇ ਵੀ ਬੱਚੇ ਨਸ਼ਾ ਕਰਦੇ ਨੇ ਉਹਨਾਂ ਨੂੰ ਇਕੱਠੇ ਇੱਕ ਧਰਮਸ਼ਾਲਾ ਦੇ ਵਿੱਚ ਸੱਥ ਦੇ ਵਿੱਚ ਰੱਖ ਕੇ ਇਲਾਜ ਕਰਨਾ, ਤਾਂ ਉੱਥੇ ਸਾਡੀ ਟੀਮ ਜਾਏਗੀ, ਉਹਨਾਂ ਨੂੰ ਉੱਥੇ ਨਸ਼ਾ ਮੁਕਤੀ ਦੀਆਂ ਮੈਡੀਸਨ ਅਤੇ ਕੌਂਸਲਿੰਗ ਅਤੇ ਹੋਰ ਜੋ ਵੀ ਵੱਧ ਤੋਂ ਵੱਧ ਅਸੀਂ ਕਰ ਸਕਦੇ ਹਾਂ ਉਹ ਜ਼ਰੂਰ ਕਰਾਂਗੇ। ਸੋ ਮੈਂ ਸਾਰਿਆਂ ਦਾ ਇਹਦੇ ਨਾਲ ਧੰਨਵਾਦ ਕਰਦੀ ਹਾਂ, ਸਾਡੇ ਸੈਕਟਰੀ ਸਾਹਿਬ ਦਾ, ਡੀਸੀ ਮੈਮ ਦਾ। ਸੋ ਥੈਂਕ ਯੂ। ਤਾਂ ਬਿਲਕੁਲ, ਇਹ ਸਨ ਸਾਡੇ ਨਾਲ ਮੈਮ ਪਰਮਿੰਦਰ, ਜਿਹੜੇ ਕਿ ਲਗਾਤਾਰ ਪਿਛਲੇ 1995 ਤੋਂ ਜਿਹੜਾ ਹੈਗਾ ਇਹ ਸੇਵਾ ਨਿਭਾ ਰਹੇ ਨੇ। ਔਰ ਸਾਫ਼ ਤੌਰ 'ਤੇ ਇਹਨਾਂ ਦਾ ਕਹਿਣਾ ਕਿ ਜਿਹੜੇ ਪਹਿਲਾਂ 95 ਦੇ ਦਹਾਕੇ ਦੇ ਵਿੱਚ ਲੋਕ ਆਉਂਦੇ ਸੀ, 95-97-98 ਦੇ ਵਿੱਚ, ਤਾਂ ਭੁੱਕੀ ਅਤੇ ਅਫੀਮ ਦੇ ਜਿਹੜੇ ਆਉਂਦੇ ਸੀ ਉਹਨਾਂ ਦਾ ਏਜ਼ ਫੈਕਟਰ ਰਹਿੰਦਾ ਸੀ 40-45 ਸਾਲ। ਪਰ ਹੁਣ ਇਸ ਤਰ੍ਹਾਂ ਦਾ ਮਾਹੌਲ ਆ ਗਿਆ ਕਿ 13 ਸਾਲ ਤੋਂ ਲੈ ਕੇ 30 ਸਾਲ ਦੇ ਜਿਹੜੇ ਨੌਜਵਾਨ ਨੇ ਉਹ ਆ ਰਹੇ ਨੇ, ਔਰ ਚਿੱਟੇ ਦਾ ਔਰ ਸਮੈਕ ਦਾ ਜਿਹੜਾ ਸੇਵਨ ਹੈਗਾ ਵਾ ਇਹਨਾਂ ਵੱਲੋਂ ਕੀਤਾ ਜਾ ਰਿਹਾ। ਔਰ ਜਿਹੜੇ ਨਸ਼ਾ ਛੱਡਣਾ ਚਾਹੁੰਦੇ ਹੈਗੇ ਆ ਅਤੇ ਜਿਹੜੇ ਕੁਛ ਪਰਿਵਾਰ ਵੀ ਦੇਖ ਰਹੇ ਕਿ ਇਹਨਾਂ ਦਾ ਬੱਚੇ ਨੂੰ ਕੋਈ ਨਸ਼ੇ ਦੀ ਲੱਤ ਲੱਗ ਜਾਂਦੀ ਹੈਗੀ ਹੈ, ਤਾਂ ਜ਼ਰੂਰ ਸੈਂਟਰਾਂ ਦੇ ਵੱਲ, ਚੰਗੇ ਸੈਂਟਰਾਂ ਦੇ ਵੱਲ ਜਿਹੜਾ ਰੁਖ ਕੀਤਾ ਜਾ ਸਕਦਾ ਹੈਗਾ। ਤਾਂ ਬਿਲਕੁਲ ਘਬਰਾਉਣ ਦੀ ਗੱਲ ਨਹੀਂ ਹੈਗੀ, ਤਾਂ ਇੱਥੇ ਪੂਰਾ ਜਿਹੜਾ ਹੈਗਾ ਖੜਾਇਆ ਵੀ ਜਾਂਦਾ ਹੈਗਾ, ਹਰ ਤਰ੍ਹਾਂ ਦਾ ਰੋਟੀ ਪਾਣੀ ਸਰਕਾਰ ਵੱਲੋਂ ਵੀ ਪੂਰੀ ਮਦਦ ਕੀਤੀ ਜਾਂਦੀ ਹੈਗੀ, ਬੱਚਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਨਸ਼ਾ ਛੱਡ ਦੇਵੇ। ਤਾਂ ਬਾਕੀ ਹੋਰ ਅਪਡੇਟਸ ਲਈ ਦੇਖਦੇ ਰਹੋ ਹਮਦਰਦ ਟੀਵੀ। ਕੈਮਰਾਮੈਨ ਰਜਤ ਦੇ ਨਾਲ ਮੈਂ ਰਣਦੀਪ ਸਿੰਘ, ਪਟਿਆਲਾ।